ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਸਮਾਰਟ ਕਰੰਟ ਅਫੇਅਰ ਸੀਰੀਜ਼ ਸਾਰੇ ਬੱਚਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅੰਤਰਰਾਸ਼ਟਰੀ ਖਬਰਾਂ ਵਿੱਚ ਆਪਾਂ ਸਟਾਰਟ ਕੀਤੀਆਂ ਹੋਈਆਂ, ਜਿਹਦੀ ਅੱਜ ਕਲਾਸ ਨੰਬਰ 2 ਹੈ। ਅਪ੍ਰੈਲ ਆਪਣਾ ਮੰਥ ਹੈ। ਸੋ ਬਹੁਤ ਹੀ ਕੰਪ੍ਰੀਹੈਂਸਿਵ ਵੇ ਨਾਲ ਬੱਚੋ ਆਪਾਂ ਈਚ ਐਂਡ ਐਵਰੀ ਟੌਪਿਕ ਆਪਾਂ ਕਵਰ ਕਰਾਂਗੇ। ਹਾਂ, ਇਹ ਤੁਹਾਨੂੰ ਕਿਵੇਂ ਪਤਾ ਲੱਗੂਗਾ, ਤੁਸੀਂ ਇੱਕ ਵਾਰ ਮੇਰੇ ਨਾਲ ਅਪ੍ਰੈਲ ਮੰਥ ਨੂੰ ਜ਼ਰੂਰ ਸਾਰਾ ਪੂਰਾ ਕਰਨਾ, ਚਾਹੇ ਤੁਸੀਂ ਹੁਣ ਤੱਕ ਜੋ ਵੀ ਸੋਰਸ ਫੋਲੋ ਕੀਤਾ ਹੋਵੇ, ਦੈਨ ਤੁਸੀਂ ਪਤਾ ਲੱਗੂਗਾ, ਦੈਨ ਤੁਹਾਨੂੰ ਡਿਫਰੈਂਸ ਫੀਲ ਹੋਊਗਾ ਵੀ ਇਹ ਸਮਾਰਟ ਕਰੰਟ ਅਫੇਅਰ ਵੀ ਕਿਵੇਂ ਤੁਸੀਂ 5 ਗੁਣਾ ਜ਼ਿਆਦਾ ਟਾਈਮ ਵੇਸਟ ਕਰ ਰਹੇ ਸੀਗੇ ਉਸੇ ਸੇਮ ਕੰਟੈਂਟ ਨੂੰ ਕਵਰ ਕਰਨ 'ਤੇ। ਸਮਝ ਗਏ ਮੇਰੀ ਗੱਲ? ਤਾਂ ਟਾਈਮ ਇਜ਼ ਮਨੀ, ਇਹ ਗੱਲ ਤੁਸੀਂ ਆਪਦੀ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਇਸ ਨੂੰ 3 ਅਕਸ਼ਰਾਂ ਦੀ ਵੈਲਿਊ ਪਤਾ ਹੋਣੀ ਚਾਹੀਦੀ ਹੈ। ਚਲੋ, ਸੋ ਇਹ ਆਪਣੀ ਬੱਚਾ ਅੱਜ ਡੇ 2 ਹੈ, ਅਪ੍ਰੈਲ ਆਪਣਾ ਮੰਥ ਹੈ। ਬਾਕੀ ਮੈਂ ਇਹ ਵੀ ਮੰਨ ਕੇ ਚੱਲਦਾ ਵੀ ਜੋ ਵੀ ਬੱਚਾ ਆਪਾਂ ਨੂੰ ਪੰਜਾਬ 'ਚ ਫੋਲੋ ਕਰਦਾ ਤਾਂ ਓਬਵੀਅਸ ਹੈ ਉਹ ਇਸ ਕਿੱਟ ਨੂੰ ਫੋਲੋ ਜ਼ਰੂਰ ਕਰ ਰਿਹਾ ਹੈ, ਕਿਉਂਕਿ ਇਹਦੇ ਵਿੱਚ ਨਾ ਕੇਵਲ ਕਰੰਟ ਅਫੇਅਰ, ਈਚ ਐਂਡ ਐਵਰੀ ਟੌਪਿਕ ਆਪਾਂ ਬਹੁਤ ਹੀ ਡਿਟੇਲ 'ਚ ਥੋਰਲੀ ਆਪਾਂ ਕਵਰ ਕਰ ਰਹੇ ਹਾਂ ਬੱਚੋ। ਬਿਕੋਜ਼ ਅਗੇਨ, ਜਿੰਨਾ ਚਿਰ ਆਪਾਂ ਉਹ ਨਹੀਂ ਕਵਰ ਕਰਦੇ ਤਾਂ ਕਦੇ ਵੀ ਬੱਚਾ ਕੌਨਫੀਡੈਂਟ ਫੀਲ ਨਹੀਂ ਕਰੇਗਾ। ਜਿੰਨੇ ਮਰਜ਼ੀ ਟੈਸਟ ਸੀਰੀਜ਼, ਜਿੰਨੀਆਂ ਮਰਜ਼ੀ MCQ ਸੀਰੀਜ਼, ਕੁਛ ਮਰਜ਼ੀ ਫੋਲੋ ਕਰੀ ਚੱਲੋ, ਉਹ ਤੁਹਾਡੀ ਪੇਪਰ ਤੱਕ ਤਿਆਰੀ ਕਰਵਾਈ ਨਹੀਂ ਸਕਦੇ। ਬਸ ਉਹ, ਕਿਉਂਕਿ MCQ ਕੀ ਹੈ, ਕਹਿੰਦੇ ਮਰਜ਼ੀ ਬਣਾਈ ਚੱਲੋ, ਉਹਦਾ ਕੋਈ ਐਂਡ ਹੀ ਨਹੀਂ ਹੈਗਾ। ਇਹ ਐਂਡ ਪ੍ਰੈਪਰੇਸ਼ਨ ਦਾ, ਜਿੱਥੇ ਤੁਸੀਂ ਆਪਦੀ ਤਿਆਰੀ ਦਾ ਐਂਡ ਕਰਕੇ ਵਧੀਆ ਪ੍ਰੋਪਰ ਰਿਵੀਜ਼ਨ ਵੀ ਕਰ ਸਕਦੇ ਹੋ। ਹਾਂ, ਜੇ ਤੁਸੀਂ ਸੋਚਿਆ ਮੈਂ ਇਕੱਲਾ ਕਾਂਸਟੇਬਲ ਅਤੇ ਕਲਰਕ ਹੀ ਦੇਣਾ, ਫਿਰ ਸਿਲੈਕਸ਼ਨ ਕਿੱਟ ਨਹੀਂ, ਫਿਰ ਤੁਸੀਂ ਇਸ ਕੋਰਸ ਨੂੰ ਇਨਰੋਲ ਕਰਨਾ। ਜੇਕਰ ਤੁਸੀਂ ਸਾਰਾ ਕੁਝ ਹੀ ਦੇਖਣਾ, ਚਾਹੇ ਆਪਣੇ ਕਰੰਟ ਅਫੇਅਰ ਸੀਰੀਜ਼ ਦੀ ਆਪਣੀਆਂ PDF ਵਗੈਰਾ, ਪ੍ਰੋਪਰ ਕਲਾਸਿਸ ਵਗੈਰਾ ਪ੍ਰੋਪਰ ਅਰੇਂਜ ਕੀਤੀਆਂ ਹੁੰਦੀਆਂ, ਜਾਂ ਇਹਨਾਂ ਦੋਨਾਂ ਕੋਰਸਿਸ ਦੇ ਰਿਗਾਰਡਿੰਗ ਕੁਛ ਵੀ ਕਰਨਾ, ਤਾਂ ਤੁਸੀਂ ਭਾਈ ਇਸ ਐਪ ਨੂੰ ਪਲੇ ਸਟੋਰ 'ਤੇ ਜਾ ਕੇ ਡਾਊਨਲੋਡ ਕਰਨਾ ਹੈ, ਰੁਪਿੰਦਰ ਸਿੱਧੂ ਅਕੈਡਮੀ ਐਪ। ਅਤੇ ਜਿਹਨਾਂ ਬੱਚਿਆਂ ਕੋਲ ਆਈਫੋਨ ਹੈ ਉਹ ਡਾਊਨਲੋਡ ਕਰਨਗੇ ਜੀ ਕਲਾਸ ਪਲੱਸ ਐਪ ਸਟੋਰ ਤੋਂ, ਤਾਂ ਉਸ ਤੋਂ ਬਾਅਦ ਇੱਕ ਕੋਡ ਮੰਗਿਆ ਜਾਏਗਾ, ਤਾਂ ਆਹ ਕੋਡ ਤੁਸੀਂ ਬੱਚੇ ਆਪਣਾ 5 ਅੱਖਰ ਦਾ ਫਿੱਲ ਕਰਦੇ ਨੇ। ਅਤੇ ਇਹਦੇ ਨਾਲ ਹੀ ਅੱਜ ਦੀ ਕਲਾਸ ਦਾ ਪਹਿਲਾ ਸਵਾਲ, ਇੰਟਰਨੈਸ਼ਨਲ ਨਿਊਜ਼ ਡੇ 2 ਆ ਬੱਚੋ, ਅਪ੍ਰੈਲ ਮੰਥ ਹੈ। ਕਹਿੰਦੇ ਕਿਹੜੇ ਮੁਲਕ ਨੇ ਵਰਲਡ ਦੀ ਸਭ ਤੋਂ ਪਾਵਰਫੁੱਲ ਲੇਜ਼ਰ ਡਿਵੈਲਪ ਕੀਤੀ ਹੈ? ਕਮਾਲ ਇਹ ਹੈ, ਇਸ ਮੁਲਕ ਦਾ ਜ਼ਿਕਰ ਆਪਾਂ ਲਾਸਟ ਕਲਾਸ ਵੀ ਕਰ ਚੁੱਕੇ ਹਾਂ, ਜਦੋਂ ਆਪਾਂ ਸ਼ੈਨਗਨ ਵੀਜ਼ਾ ਦੀ ਗੱਲ ਕੀਤੀ ਹੈ, ਵੀ ਉਸ 2 ਮੁਲਕਾਂ ਦੀ ਮਤਲਬ ਹੋਰ ਸ਼ਮੂਲੀਅਤ ਹੋ ਚੁੱਕੀ ਹੈ, ਰੋਮਾਨੀਆ ਅਤੇ ਬੁਲਗਾਰੀਆ। ਬਟ ਚੱਕਰ ਕੀ ਪੈ ਗਿਆ, ਰੋਮਾਨੀਆ ਬੁਲਗਾਰੀਆ ਇੱਥੇ ਫਿਰ ਭਾਈ ਦੋਨੇ ਆ ਗਏ, ਤਾਂ ਆਂਸਰ ਫਾਰ ਆਰ ਫਾਰ ਰੁਪਿੰਦਰ, ਆਰ ਫਾਰ ਰੋਮਾਨੀਆ, ਯਾਦ ਰੱਖ ਲਿਓ। ਰੋਮਾਨੀਆ ਨੇ ਬੱਚੋਂ ਡਿਵੈਲਪ ਕੀਤੀ ਹੈ, ਰੋਮਾਨੀਆ ਦੇ ਵਿੱਚ ਡਿਵੈਲਪ ਕੀਤੀ ਹੈ। ਕਿਹਨੇ ਕੀਤੀ ਹੈ, ਕੀ ਲੇਜ਼ਰ ਦਾ ਨਾਮ ਹੈ, ਉਹ ਸਾਰਾ ਆਪਾਂ ਅਗਲੀ ਸਲਾਈਡ 'ਤੇ ਆਪਾਂ ਦੇਖ ਲੈਂਦੇ ਹਾਂ। ਬਟ ਪੁਆਇੰਟ ਬਹੁਤ 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 ਸਿਰੇ ਦਾ ਹੈ, ਕਿਉਂਕਿ ਇਹ ਤਾਂ ਵੱਡੇ ਵੱਡੇ ਆਰਟੀਕਲ ਬੱਚੋਂ ਅਖਬਾਰ 'ਤੇ ਦੇਖਣ ਨੂੰ ਮਿਲੇ ਹੈ, ਵੀ ਕਹਿੰਦੇ ਕਿਵੇਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੈਲਥ ਸੈਕਟਰ ਅਤੇ ਸਪੇਸ ਸੈਕਟਰ ਦੇ ਵਿੱਚ ਕ੍ਰਾਂਤੀ ਲਿਆਊਗੀ ਇਹ ਲੇਜ਼ਰ। ਕਿਉਂਕਿ ਇਹ ਲੇਜ਼ਰ, ਇਹ ਉਹ ਲੇਜ਼ਰ ਨਹੀਂ ਹੈਗੀ ਇਹ, ਜਿਹੜੀ ਆਪਾਂ ਬਚਪਨ ਦੇ ਵਿੱਚ ਆਪਾਂ ਮੇਲਿਆਂ 'ਤੇ ਲਿਆਉਂਦੇ ਹੁੰਦੇ ਸੀ, ਉਹ ਸਿਲਵਰ ਜਿਹੇ ਕਲਰ ਵਾਲੀ, ਗੋਲਡਨ ਜਿਹੇ ਕਲਰ ਵਾਲੀ, ਫਿਰ ਲਿਆ ਕੇ ਤਾਂ ਮੂਹਰੇ ਆਪਾਂ ਐਂ ਖੋਲ੍ਹ ਕੇ ਸ਼ੇਪਾਂ ਬਣਾਏ ਹੁੰਦੇ ਸੀਗੇ, ਵੀ ਉਹ ਦੇਖ ਮੇਰਾ ਹੱਥ ਹੀ ਕੰਨ 'ਤੇ ਬਣੀ ਜਾਂਦਾ, ਉਹ ਦੇਖ ਮੇਰਾ ਘੋੜਾ, ਉਹ ਦੇਖ ਰਾਜਾ ਮੈਂ, ਉਹ ਦੇਖ ਰਾਣੀ, ਇਹ ਉਹ ਲੇਜ਼ਰਾਂ ਨਹੀਂ ਹੈਗੀਆਂ। ਜਿਹੜੇ ਖੜ ਕੇ ਆਪਾਂ ਛੱਤ 'ਤੇ, ਉਹ ਦੇਖ ਮੇਰੀ ਉਹਨਾਂ ਦੇ ਫਲਾਣੇ ਦੇ, ਉਹ ਮੱਗਰ ਕੇ ਕੋਠੇ ਤੱਕ ਜਾਈ ਜਾਂਦੀ ਹੈ ਮੇਰੀ ਉਹ ਲੇਜ਼ਰ, ਇਹ ਉਹ ਲੇਜ਼ਰਾਂ ਦੀ ਗੱਲ ਨਹੀਂ ਕਰ ਰਹੇ ਆਪਾਂ, ਇਹ ਉਹ ਲੇਜ਼ਰਾਂ ਦੀ ਗੱਲ ਕਰ ਰਹੇ ਹਾਂ ਜਿਹੜੀ ਅੱਜ ਦੇ ਸਮੇਂ ਤੁਸੀਂ ਅਕਸਰ ਪੰਜਾਬ ਦੇ ਵਿੱਚ ਬੋਰਡਾਂ 'ਤੇ ਲਿਖਿਆ ਦੇਖਿਆ ਹੋਊਗਾ ਵੀ ਬਿਨਾਂ ਚੀਰੇ ਦੇ ਆਪਰੇਸ਼ਨ ਕਰਵਾਓ, ਸ਼ਾਮ ਤੱਕ ਘਰੇ ਜਾਓ, ਲੇਜ਼ਰ ਆਪਰੇਸ਼ਨ। ਉਵੇਂ ਕਹਿ ਰਿਹਾ ਮੈਂ, ਉਹ ਉਸ ਲੇਜ਼ਰ ਦੀ ਗੱਲ ਕਰੀ ਜਾਂਦਾ, ਉਸ ਟੈਕਨੋਲੋਜੀ ਦੀ ਗੱਲ ਕਰੀ ਜਾਂਦਾ। ਅਤੇ ਇਹ ਟੈਕਨੋਲੋਜੀ ਜਿਸ ਬਿਹਾਫ 'ਤੇ ਲੇਜ਼ਰ ਨੂੰ ਵਿੱਚੋਂ ਡਿਵੈਲਪ ਕੀਤਾ ਗਿਆ ਨਾ, ਉਹ ਟੈਕਨੋਲੋਜੀ ਦੇ ਬਿਹਾਫ 'ਤੇ ਆਲਰੇਡੀ ਉਹ 2 ਬੰਦੇ
ਨੋਬਲ ਫਿਜਿਕਸ ਪ੍ਰਾਈਜ਼ ਵੀ ਜਿੱਤ ਚੁੱਕੀ ਹੈ। ਸੋ ਟੈਕਨੋਲੋਜੀ ਫਾਈਨਲੀ ਫਿਰ ਉਹਨਾਂ ਨੇ ਵਰਤੋਂ ਦੇ ਵਿੱਚ ਵੀ ਲਿਆਉਂਦੀ ਹੈ। ਆਪਾਂ ਆਮ ਤੌਰ 'ਤੇ ਕਹਿ ਤਾਂ ਦਿੰਦੇ ਹਾਂ ਇਹ ਅਵਾਰਡ ਤਾਂ ਮਿਲ ਜਾਂਦਾ ਹੈ, ਇੱਕ ਟੈਕਨੋਲੋਜੀ ਆਪਾਂ ਵਰਤਦੇ ਦੇਖੇ ਤਾਂ ਹੈ ਨਹੀਂ, ਅੱਜ ਆਪਾਂ ਉਹ ਵੀ ਦੇਖ ਲਈਏ, ਠੀਕ ਹੈ ਨਾ। ਕਹਿੰਦੇ ਰੋਮਾਨੀਆ ਨੇ ਡਿਵੈਲਪ ਕੀਤੀ ਹੈ ਵਰਲਡ ਦੀ ਮੋਸਟ ਪਾਵਰਫੁਲ ਲੇਜ਼ਰ, ਕਿਉਂਕਿ ਯੂਰਪ ਦੇ ਵਿੱਚ ਅਕਸਲ ਦੇ ਵਿੱਚ ਇਹ ਤਾਂ ਕੰਮ ਬਹੁਤ ਸਾਲਾਂ ਤੋਂ ਚੱਲ ਰਿਹਾ ਹੈ। ਉਸ ਪ੍ਰੋਜੈਕਟ ਦਾ ਨਾਮ ਹੀ ਕੀ ਹੈ? ELI ਪ੍ਰੋਜੈਕਟ। ਤਾਂ ਲੇਜ਼ਰ ਦਾ ਨਾਮ ਫਿਰ ਬੱਚੋ ਉਸੇ ਪ੍ਰੋਜੈਕਟ ਦੇ ਨਾਮ 'ਤੇ ਹੀ ਰੱਖਿਆ ਗਿਆ। ਲੇਜ਼ਰ ਦਾ ਨਾਮ ਕੀ ਹੈ? ELI ਦਾ ਮਤਲਬ ਕੀ ਹੈ? ਐਕਸਟ੍ਰੀਮ ਲਾਈਟ ਇਨਫਰਾਸਟ੍ਰਕਚਰ, ਅਤੇ ਪਿੱਛੇ ਦੇ NP ਜ਼ਰੂਰ ਰੱਖਣਾ, ਨਿਊਕਲੀਅਰ ਫਿਜਿਕਸ, ਕਿਉਂਕਿ ਇਹਦੀ ਵਰਤੋਂ ਹੀ ਨਿਊਕਲੀਅਰ ਫਿਜਿਕਸ 'ਤੇ ਕੀਤੀ ਗਈ ਹੈ। ਹਾਂ, ਕਿੱਥੇ ਲੋਕੇਟਡ ਹੈ? ਰੋਮਾਨੀਆ ਦੇ ਵਿੱਚ। ਆ ਬਾਕੀ ਲੋਕੇਸ਼ਨ ਆ, ਕਿਹੜਾ ਪਿੰਡ ਹੈ? ਮੈਗੁਰੂਲਾ, ਅਤੇ ਕੁੱਲ ਮਿਲਾ ਕੇ ਨਿਕੋਲੇ ਸ਼ਹਿਰ ਫਿਰ ਕਿਹੜਾ? ਬੁਚਾਰੈਸਟ। ਇਹ ਆਸੇ ਪਾਸੇ ਦੀਆਂ ਲੋਕੇਸ਼ਨਾਂ ਆ ਗਈਆਂ। ਅਤੇ ਮੁਲਕ ਵਿੱਚੋਂ ਕਿਹੜਾ? ਰੋਮਾਨੀਆ। ਆਹ ਦੇਖੋ, ਆਹ ਅਖਬਾਰ 'ਤੇ ਬਹੁਤ ਜ਼ਿਆਦਾ ਆਇਆ ਹੈ ਵੀ ਇਹ ਲੇਸਰ ਕਿਸ ਟੈਕਨੋਲੋਜੀ ਬੇਸਡ ਆ ਬੱਚਿਓ। ਇਹ ਬਹੁਤ ਹੀ ਗੁੱਡ ਪੁਆਇੰਟ ਹੈ, ਤਾਂ ਆਪਾਂ ਟਿੱਕ ਲਾਵਾਂਗੇ CPA। CPA ਦਾ ਮਤਲਬ ਕੀ ਹੁੰਦਾ ਹੈ? ਚਿਰਪ ਪਲਸ ਐਂਪਲੀਫਿਕੇਸ਼ਨ, ਜਿਹੜੀ ਕਿ ਬਹੁਤ ਹੀ ਗਰਾਊਂਡ ਬ੍ਰੇਕਿੰਗ ਟੈਕਨੋਲੋਜੀ ਮੰਨੀ ਗਈ ਹੈ। ਹਾਂ, ਜਿਨ੍ਹਾਂ ਨੇ ਇਹ ਲਿਆਂਦੀ ਹੈ ਉਹਨੂੰ ਨੋਬਲ ਫਿਜਿਕਸ ਪ੍ਰਾਈਜ਼ ਵਿੱਚੋਂ ਆਲਰੇਡੀ ਇਸ ਟੈਕਨੋਲੋਜੀ ਕਰਕੇ ਮਿਲ ਵੀ ਚੁੱਕਿਆ ਹੈ। ਅਤੇ ਉਸ ਟੈਕਨੋਲੋਜੀ ਨੂੰ ਮਤਲਬ ਲਿਆਉਣ ਵਾਲਾ ਕੌਣ ਬੰਦਾ ਹੈ? ਜਰਾਡ ਮੁਰੂ ਅਤੇ ਡੋਨਾ ਸਟ੍ਰਿਕ ਲੈਂਡ, ਇਹ ਯਾਦ ਰੱਖ ਸਕਦੇ ਹੋ। ਸਾਰੇ ਪੁਆਇੰਟ ਇਸ ਸਲਾਈਡ 'ਤੇ ਮੈਂ ਕਹਿੰਦਾ ਰੈਲੀਵੈਂਟ ਹੈ, ਕੋਈ ਵੀ ਰੈਲੀਵੈਂਟ ਪੁਆਇੰਟ ਨਹੀਂ ਹੈਗਾ। ਇਹ ਲੇਜ਼ਰ ਨੂੰ ਬੱਚੋਂ ਓਪਰੇਟ ਕੌਣ ਕਰੇਗਾ? ਫਰਾਂਸ ਦੀ ਕੰਪਨੀ ਹੈ ਥੇਲਸ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਬਾਕੀ ਇਹ ਹੈਲਥ ਸੈਕਟਰ ਅਤੇ ਸਪੇਸ ਸੈਕਟਰ ਦੇ ਵਿੱਚ ਕ੍ਰਾਂਤੀ ਲਿਆਵੇਗੀ, ਇਹਦੇ ਵਿੱਚ ਆਪਾਂ ਨੂੰ ਕੋਈ ਸ਼ੱਕ ਸੰਦੇਹ ਨਹੀਂ ਹੈ। ਚਲੋ, ਕਹਿੰਦੇ ਕਿਹੜੇ ਮੁਲਕ ਨੇ ਆਪਦੇ ਸਾਰੇ ਸੰਬੰਧ, ਕੂਟਨੀਤਿਕ ਸੰਬੰਧ, ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਡਿਪਲੋਮੈਟਿਕ ਰਿਲੇਸ਼ਨ ਕਹਿ ਦਿੰਦੇ ਹਾਂ ਬੱਚੋ, ਐਕੁਆਡੋਰ ਦੇ ਨਾਲ ਤੋੜਦੇ? ਮੈਂ ਕਹਿੰਦਾ ਵੀ ਅਪ੍ਰੈਲ ਤੱਕ ਵੀ ਇਹਦੀ ਗੂੰਜ, ਮਈ ਤੱਕ ਵੀ ਦੇਖਣ ਨੂੰ ਮਿਲ ਰਹੀ ਹੈ। ਬਾਹਲਾ ਜ਼ਿਆਦਾ ਬਲੰਡਰ ਹੋ ਗਿਆ, ਬਾਹਲਾ ਜ਼ਿਆਦਾ ਬਲੰਡਰ। ਉਸਨੂੰ ਮੈਂ ਸਮਝਦਾ ਕਿਵੇਂ? ਇਹ ਮੈਕਸੀਕੋ ਵਾਲੇ ਆ ਬੱਚੋ, ਮੈਕਸੀਕੋ ਵਾਲਿਆਂ ਨੇ ਐਕੁਆਡੋਰ ਦੇ ਨਾਲੋਂ ਆਪਦੇ ਸਾਰੇ ਸੰਬੰਧ ਤੋੜ ਲਏ। ਕਾਰਨ ਕੀ ਹੈ? ਕਿਉਂਕਿ ਜਿਹੜੀ ਮੈਕਸੀਕੋ ਦੀ ਜਿਹੜੀ ਅੰਬੈਸੀ ਹੈ, ਮੈਕਸੀਕੋ ਦੀ ਬੱਚੋ ਅੰਬੈਸੀ ਦੇ ਵਿੱਚ ਐਕੁਆਡੋਰ ਦੀ ਪੁਲਿਸ ਨੇ ਰੇਡ ਕਰਤੀ। ਅੰਬੈਸੀ ਇੱਕ ਸੋਵਰਨ ਟੈਰੀਟਰੀ ਹੁੰਦੀ ਹੈ, ਅੰਬੈਸੀ ਦੇ ਤਹਿਤ ਇੱਕ ਕਨਵੈਨਸ਼ਨਾਂ ਵੀ ਸਾਈਨ ਕੀਤੀਆਂ ਗਈਆਂ 1961 ਦੇ ਵਿੱਚ, ਵੀ ਕੋਈ ਮੁਲਕ ਦਖਲਅੰਦਾਜ਼ੀ ਨਹੀਂ ਦੇ ਸਕਦਾ। ਬਟ ਐਕੁਆਡੋਰ ਦੀ ਪੁਲਿਸ ਨੇ ਮੈਕਸੀਕੋ ਦੀ ਜਿਹੜੀ ਅੰਬੈਸੀ, ਮੈਕਸੀਕੋ ਦੀ ਅੰਬੈਸੀ ਸੀ ਕਿੱਥੇ? ਐਕੁਆਡੋਰ ਦੇ ਵਿੱਚ ਹੀ ਹੈ। ਤਾਂ ਉਹਨਾਂ ਨੇ ਆਪਦੇ ਮੁਲਕ ਦੇ ਵਿੱਚ ਸਮਝ ਲਓ ਵੀ ਪੁਲਿਸ ਦੀ ਰੇਡ ਪਾਤੀ, ਬਟ ਉਹ ਆਪਦੇ ਥਾਂ ਵੀ ਸਹੀ ਹੈ। ਕਾਰਨ, ਕਿਉਂਕਿ ਮੈਕਸੀਕੋ ਦੀ ਅੰਬੈਸੀ ਦੇ ਵਿੱਚ ਐਕੁਆਡੋਰ ਦਾ ਮੋਸਟ ਵਾਂਟਡ ਬੰਦਾ ਸ਼ਰਨ ਲਈ ਬੈਠਾ ਸੀ। ਉਹ ਕਹਿੰਦੇ ਕੀ ਗੱਲ, ਫਿਰ ਤੁਸੀਂ ਗਲਤ ਕੰਮਾਂ ਵਾਸਤੇ ਅੰਬੈਸੀਆਂ ਬਣਾਈਆਂ ਸਾਡੇ ਦੇਸ਼ ਦੇ ਵਿੱਚ? ਉਹ ਕਹਿੰਦੇ ਕਨਵੈਨਸ਼ਨਾਂ ਬਾੜ 'ਚ ਜਾਣ, ਕਹਿੰਦੇ ਤੁਸੀਂ ਇਹੋ ਜਿਹਾ ਬੰਦਾ ਰੱਖੀ ਬੈਠੇ ਹੋ ਆਪਦੀ ਅੰਬੈਸੀ 'ਚ ਜਿਹਨੂੰ ਆਲਰੇਡੀ ਪਹਿਲਾਂ 6 ਸਾਲ ਦੀ ਕੈਦ ਹੋ ਚੁੱਕੀ ਹੈ 2017 ਦੇ ਵਿੱਚ। ਉਹ ਬੰਦਾ ਬੇਲ 'ਤੇ ਬਾਹਰ ਹੁੰਦਾ ਹੈ, ਕ੍ਰਿਮੀਨਲ ਤੋਂ ਲੈ ਕੇ ਹਰ ਤਰੀਕੇ ਦੇ ਚਾਰਜ, ਕਰਪਸ਼ਨ ਤੱਕ ਉਹ ਬੰਦਾ ਮਤਲਬ ਉਹ ਚਾਰਜਸ ਨਾਲ ਘਿਰਿਆ ਹੋਇਆ ਅਤੇ ਬੈਠਾ ਤੁਹਾਡੀ ਅੰਬੈਸੀ ਦੇ ਵਿੱਚ ਹੈ। ਉਹਨਾਂ ਨੇ ਫਿਰ ਰੇਡ ਪਾਤੀ, ਉਹ ਕਹਿੰਦੇ ਆੜੀ ਤੁਹਾਡੀ ਅੰਬੈਸੀ ਨੂੰ ਕੁਛ ਨਹੀਂ ਕਿਹਾ, ਅਸੀਂ ਆਪਦਾ ਬੰਦਾ ਕੱਢ ਕੇ ਲੈ ਕੇ ਜਾਂਦੇ। ਸੋ ਕਹਿਣ ਦਾ ਮਤਲਬ ਕੀ ਹੈ, ਇਹ ਖਬਰ ਹੁਣ ਤੁਸੀਂ ਪੜ੍ਹ ਸਕਦੇ ਹੋ। ਕਹਿਣ ਦਾ ਮਤਲਬ ਕੀ ਹੈ, ਉਹ ਬੰਦਾ ਪਤਾ ਕੌਣ ਹੈ? ਨਾਲੇ ਐਕੁਆਡੋਰ ਦਾ ਪਹਿਲਾਂ ਵਾਈਸ ਪ੍ਰੈਸੀਡੈਂਟ ਰਿਹਾ, ਚੱਕ ਲਓ। ਇਹਨੇ ਪੁਆੜਾ ਪਾਇਆ ਸਾਰਾ, ਇੱਥੇ ਬੰਦਾ ਕਦੇ ਲਿਖਿਆ ਵੀ ਪਿਆ। ਆਹ ਦੇਖੋ, ਆਹ VP ਮਤਲਬ ਵਾਈਸ ਪ੍ਰੈਸੀਡੈਂਟ ਜਾਰਜ ਗਲਾਸ, ਇਹ ਐਕੁਆਡੋਰ ਦਾ, ਸਾਰੇ ਬੱਚੇ ਧਿਆਨ ਨਾਲ ਸੁਣ ਲਓ, ਇਹ ਐਕੁਆਡੋਰ ਦਾ ਪਹਿਲਾਂ ਵਾਈਸ ਪ੍ਰੈਸੀਡੈਂਟ ਸੀਗਾ। ਇਹ ਮੈਕਸੀਕੋ ਦੀ ਅੰਬੈਸੀ ਦੇ ਵਿੱਚ ਜਾ ਕੇ ਸ਼ਰਨ ਲੈ ਗਿਆ ਮੋਇਨ ਨਾਲ, ਅਤੇ ਐਕੁਆਡੋਰ ਦੀ ਪੁਲਿਸ ਨੇ ਫਿਰ ਚੱਕ ਲਿਆਂਦਾ। ਉਹ ਕੋਈ ਛੱਡਦੇ ਤਾਂ ਹੈ ਨਹੀਂ, ਕਿਸੇ ਮਰਜ਼ੀ ਲੋਕ ਜਾੜੀ ਕਹਿੰਦੇ।
ਤੇ ਜਿਹਦੇ ਕਰਕੇ ਫਿਰ ਮੈਕਸੀਕੋ ਵਾਲੇ ਮਤਲਬ ਬਾਹਲਾ ਜ਼ਿਆਦਾ ਟੈਕਨੀਕਲ ਜਿਹਾ ਹਵਾਲਾ ਦੇਣ ਲੱਗ ਗਏ, ਸਾਡੀ ਅੰਬੈਸੀ 'ਤੇ ਹਮਲਾ ਹੋ ਗਿਆ, ਸਾਡਾ ਆਏ ਹੈ, ਉਹ ਕਹਿੰਦੇ ਤੁਹਾਨੂੰ ਕੁਛ ਕਿਹਾ ਯਾਰ ਵੀ ਤੁਸੀਂ ਬੈਠ ਤਾਂ ਕੀਤੀਆਂ। ਆਹ ਦੇਖੋ ਐਂਡ 'ਤੇ ਐਕੁਆਡੋਰ ਵਾਲਿਆਂ ਨੇ ਕੀ ਕਲੇਮ ਕੀਤਾ, ਐਕੁਆਡੋਰ ਵਾਲੇ ਨੇ ਇਹੀ ਕਿਹਾ, ਉਹ ਕਹਿੰਦੇ ਇਟ ਇਜ਼ ਨੋਟ ਲੀਗਲ, ਇਹ ਕਹਿੰਦੇ ਕੋਈ ਲੀਗਲ ਕੰਮ ਆ ਇਹ ਵੀ ਤੁਸੀਂ ਇਹੋ ਜਿਹਾ ਬੰਦਾ ਰੱਖੀ ਬੈਠੇ ਹੋ, ਟੂ ਗ੍ਰਾਂਟ ਅਸਾਈਲਮ ਵੀ ਸ਼ਰਨ ਦੇਈ ਜਾਂਦੇ ਹੋ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਮਤਲਬ ਕ੍ਰਾਈਮ 'ਚ ਸ਼ਾਮਿਲ ਹੈ, ਕਰਪਸ਼ਨ ਉਹ ਬੰਦੇ ਕਰ ਚੁੱਕੇ ਹੈ, ਅਦਾਲਤਾਂ ਦੇ ਵਿੱਚ ਮਤਲਬ ਉਹਨਾਂ ਦੇ ਕੇਸ ਚੱਲੀ ਜਾਂਦੇ ਹੈ, ਤਾਂ ਉਹ ਆਪਦੀ ਥਾਂ 'ਤੇ ਇਹਦੇ ਬੇਤਹਿਤ ਉਹਨਾਂ ਨੇ ਹਮਲਾ ਕਰਤਾ ਭਾਈ। ਆਹ ਦੇਖੋ ਕਹਿੰਦੇ ਮੈਕਸੀਕੋ ਨੇ ਐਂਡ ਕਰ ਲਿਆ ਡਿਪਲੋਮੈਟਿਕ ਟਾਈਸ ਵਿਦ ਐਕੁਆਡੋਰ ਆਫਟਰ ਜਿਹੜੀ ਐਕੁਆਡੋਰ ਦੀ ਪੁਲਿਸ ਹੈ ਉਹਨੇ ਰੇਡ ਕੀਤੀ ਮੈਕਸੀਕੋ ਦੀ ਅੰਬੈਸੀ ਕੁਇਟੋ ਦੇ ਵਿੱਚ। ਕੁਇਟੋ ਰਾਜਧਾਨੀ ਹੈ ਬੱਚੋ, ਯਾਦ ਰੱਖਿਓ ਕੁਇਟੋ ਇਜ਼ ਕੈਪੀਟਲ, ਕੁਇਟੋ ਇਜ਼ ਕੈਪੀਟਲ ਆਫ ਐਕੁਆਡੋਰ। ਇਹ 5 ਅਪ੍ਰੈਲ ਦੀ ਘਟਨਾ ਹੁੰਦੀ ਹੈ, ਠੀਕ ਹੈ ਨਾ। ਜਿਹੜਾ ਫਿਰ ਆਪਣਾ ਮੈਕਸੀਕੋ ਦਾ ਪ੍ਰੈਜ਼ੀਡੈਂਟ ਹੈ ਇਹਨੇ ਫਿਰ ਬਿਆਨ ਜਾਰੀ ਕੀਤਾ ਲੋਪੇਜ਼ ਓਬਰਾਡੋਰ ਨੇ, ਇਹ ਕਹਿੰਦਾ ਵੀ ਇਹਨਾਂ ਨੇ ਆਹ ਕਨਵੈਨਸ਼ਨ ਯਾਦ ਰੱਖਿਓ, ਪੇਪਰ 'ਚ ਪੁੱਛ ਸਕਦੇ ਹੈ ਵੀ ਇਹ ਕਨਵੈਨਸ਼ਨ ਕਿਸ ਦੇ ਰਿਲੇਟਡ ਹੈ, ਆਪਾਂ ਯਾਦ ਰੱਖਾਂਗੇ ਇਸ ਖਬਰ ਦੇ ਰਿਲੇਟਡ ਹੈ, ਮਤਲਬ ਖਬਰ ਮਤਲਬ ਜਿੱਥੇ ਆਪਾਂ ਅੰਬੈਸੀ ਨੂੰ ਰੈਗੂਲੇਟ ਕਰਦੇ ਹਾਂ, ਅੰਬੈਸੀ ਦੀ ਆਪਾਂ ਸੋਵਰੈਨਿਟੀ ਦੀ ਗੱਲ ਕਰਦੇ ਹਾਂ ਵੀ ਇੱਥੇ ਕੋਈ ਮੁਲਕ ਦਖਲਅੰਦਾਜ਼ੀ ਨਹੀਂ ਦੇ ਸਕਦਾ, ਇਹ ਕਿਸੇ ਮੁਲਕ ਦੇ ਵਿੱਚ ਜਿਹੜੀ ਹੁੰਦੀ ਹੈ ਤਾਂ ਇਹ ਉਸ ਮੁਲਕ ਦੀ ਡੋਮੈਸਟਿਕ ਪ੍ਰੋਪਰਟੀ ਦੇ ਵਿੱਚ ਆਉਂਦਾ ਹੁੰਦਾ। ਸੋ ਇਹ ਕਹਿੰਦੇ ਵੀ ਉਲੰਘਣਾ ਹੋ ਗਈ ਹੈ ਤਾਂ ਬ੍ਰੀਚ ਕਰਤਾ ਇਹਨਾਂ ਨੇ ਵਿਆਨਾ ਕਨਵੈਨਸ਼ਨ ਔਨ ਡਿਪਲੋਮੈਟਿਕ ਰਿਲੇਸ਼ਨ 1961 ਦੀ, ਵੀ ਇਹਨਾਂ ਨੇ ਅਸਰਟ ਕੀਤਾ ਬੱਚੋ ਸੋਵਰੈਨਿਟੀ ਪ੍ਰਭੂ ਸੱਤਾ ਸੰਪੰਨ ਦਾ, ਕਹਿੰਦੇ ਇਹਨਾਂ ਨੇ ਉਲੰਘਣਾ ਕਰਤੀ। ਹਾਂ ਇਹਦੀ ਸਪੋਰਟ ਮੈਕਸੀਕੋ ਵਾਲਾਂ ਦੀ, ਫਿਰ ਬ੍ਰਾਜ਼ੀਲ ਵਾਲਿਆਂ ਨੇ ਵੀ ਕੀਤੀ, ਯੂਨਾਈਟਿਡ ਨੇਸ਼ਨ ਦੇ ਸੈਕਰੇਟਰੀ ਜਨਰਲ ਨੇ ਵੀ ਕੀਤੀ ਗੁਤਰਸ ਨੇ ਵੀ ਯਾਰ ਹਾਂ ਐਕੁਆਡੋਰ ਦੀ ਪੁਲਿਸ ਨੇ ਜਿਹੜੀ ਮਾੜਾ ਕੀਤਾ ਵੀ ਯਾਰ ਐਂ ਨਹੀਂ ਬਸ ਰੇਡ ਕਰਨਾ ਸੀ, ਬੁਰਾ ਲੱਗਦਾ ਵੀ ਊਂ ਬੰਦਾ ਪੁੱਛ ਲੈਂਦੇ ਊਂ ਬੰਦਾ ਚੱਕ ਲਿਆਉਂਦੇ, ਉਹ ਥੋੜ੍ਹਾ ਜਿਹਾ ਆਪਦੇ ਹਿਸਾਬ ਨਾਲ ਟੈਕਨੀਕਲ ਜ਼ਿਆਦਾ ਸੋਚਦੇ ਹੈ। ਬਟ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਐਕੁਆਡੋਰ ਵਾਲਿਆਂ ਨੇ ਕੀ ਕਿਹਾ, ਬਾਕੀ ਇਹ ਕਨਵੈਨਸ਼ਨ ਤੁਹਾਨੂੰ ਦੱਸ ਹੀ ਦਿੱਤਾ ਮੈਂ 1961 ਦੀ ਹੈ, ਵਿਆਨਾ ਕਨਵੈਨਸ਼ਨ ਹੈ ਜਿਹੜੀ ਕਿ ਉਹੀ ਵਾਰ ਵਾਰ ਆਪਾਂ ਰੀਡ ਕਰੀ ਜਾਂਦੇ ਹਾਂ, ਠੀਕ ਹੈ ਨਾ। ਚਲੋ ਆਹ ਬੋਡੀ ਹੈ ਬੱਚੋ ਗਲਫ ਕੋਆਪਰੇਸ਼ਨ ਕੌਂਸਲ, ਸੋ ਇਹਨਾਂ ਨੇ ਫਿਰ ਪਹਿਲੀ ਵਾਰ ਆਪਦਾ ਇੱਕ ਡਾਕੂਮੈਂਟ ਜਾਰੀ ਕੀਤਾ ਹੈ, ਉਹ ਪਹਿਲੀ ਗੱਲ ਤਾਂ ਨਾਂ 'ਤੇ ਪਤਾ ਲੱਗੀ ਹੈ ਨਾ ਗਲਫ ਕੋਆਪਰੇਸ਼ਨ, ਜਿਹੜੀਆਂ ਗਲਫ ਕੰਟਰੀਆਂ ਨੇ 6 ਉਹ ਕਹਿੰਦੀ ਵੀ ਪਰਸ਼ੀਅਨ ਗਲਫ ਦੇ ਨਾਲ ਲੱਗਦੀਆਂ ਸਾਰੀਆਂ ਇਹ, ਉਹ ਕਹਿੰਦੇ ਵੀ ਆਪਾਂ ਆਪਸ ਵਿੱਚ ਚੰਗਾ ਸੰਬੰਧ ਰੱਖਣਾ, ਬਟ ਉਹ ਗੱਲਾਂ 'ਚ ਹੀ ਹੈ। 1981 ਦੀ ਇਹ ਆਰਗਨਾਈਜੇਸ਼ਨ ਬਣੀ ਵੀ ਹੈ, ਇਹਨਾਂ ਨੇ ਫਿਰ ਫਾਈਨਲੀ ਆਪਦਾ ਆਫੀਸ਼ੀਅਲ ਡਾਕੂਮੈਂਟ ਜਾਰੀ ਕਰਤਾ, ਕਿਹੜਾ ਵਿਜ਼ਨ ਫੋਰ ਰੀਜਨਲ ਸਿਕਿਉਰਿਟੀ ਸਾਊਦੀ ਅਰੇਬੀਆ ਦੇ ਕਿਹੜੇ ਸ਼ਹਿਰ ਦੇ ਵਿੱਚ ਜਿੱਥੇ ਵਿੱਚ ਆਪਣਾ GCC ਗੋਲਫ ਕੋਆਪਰੇਸ਼ਨ ਦਾ ਹੈੱਡਕੁਆਟਰ ਵੀ ਹੈ। ਇਹਦਾ ਹੈੱਡਕੁਆਟਰ ਵੀ ਬੱਚੋ ਕਿੱਥੇ ਹੈ ਤਾਂ ਆਪਾਂ ਟਿਕ ਲਾਵਾਂਗੇ ਰਿਆਦ ਦੇ ਵਿੱਚ ਹੈ, ਇੱਥੇ ਜਾਰੀ ਕੀਤਾ। ਹੁਣ ਵਿਜ਼ਨ ਕੀ ਹੈ, GCC ਦਾ ਵਿਜ਼ਨ ਕੀ ਹੈ ਵੀ ਆਪਾਂ ਆਪਸ ਦੇ ਵਿੱਚ ਵਧੀਆ ਸਿਕਿਉਰਿਟੀ ਮੇਨਟੇਨ ਕਰਨੀ ਹੈ, ਵਧੀਆ ਕੋਆਪਰੇਸ਼ਨ ਰੱਖਣੀ ਹੈ, ਆਪਣਾ ਵਿਜ਼ਨ ਹੈ ਵੀ ਆਪਾਂ ਇੱਕ ਦੂਜੇ ਦੀ ਜਿਹੜੀ ਸੋਵਰੈਨਿਟੀ ਹੈ ਜਾਂ ਇੰਟਰਨਲ ਮਸਲੇ ਹੈ ਉਹਦੇ ਵਿੱਚ ਗਲਤ ਤਰੀਕੇ ਨਾਲ ਦਖਲਅੰਦਾਜ਼ੀ ਨਹੀਂ ਦੇਣੀ, ਆਪਾਂ 6 ਨੇ ਇੱਕ ਪਾਵਰਫੁੱਲ ਔਰਗਨਾਈਜੇਸ਼ਨ ਬਣ ਕੇ ਉੱਭਰਨਾ, ਕਿਉਂਕਿ 24% ਤੇਲ ਸਪਲਾਈ ਇਹਨਾਂ ਦੇ ਕੰਟਰੀਆਂ ਦੇ ਨਾਲ ਜਿਹੜੇ ਗਲਫ ਲੱਗਦੀ ਹੈ ਉੱਥੋਂ ਦੀ ਹੁੰਦਾ, ਅਤੇ ਆਪਸ ਸੰਬੰਧ ਹੋਣਾ ਬਹੁਤ ਚੰਗਾ ਹੁੰਦਾ, ਦੁਨੀਆ ਤਮਾਸ਼ਾ ਦੇਖ ਲੈਂਦੀ ਹੈ, ਦੁਨੀਆ ਅਮਰੀਕਾ ਹੋ ਗਿਆ, UK ਹੋ ਗਿਆ, ਵੱਡੇ ਵੱਡੇ ਮੁਲਕ ਹੈ, ਇਜ਼ਰਾਈਲ ਵਰਗੇ ਮੁਲਕ ਹੈ, ਉਹ ਪਾਵਰ ਦਾ ਮਿਸਯੂਜ਼ ਕਰ ਜਾਂਦੇ, ਇਹਨਾਂ ਨੂੰ ਲੜਾ ਕੇ ਆਪਸ 'ਚ, ਇਹਨਾਂ ਨੇ ਫਾਈਨਲੀ ਫਿਰ ਕਹਿ ਦਿੰਦੇ ਆ ਵੀ ਦੁਨੀਆ ਹਾਲਾਤੀ ਵੀ ਇਕੱਠੇ ਹੋ ਸਕਦੇ ਆ, ਇਹੋ ਜਿਹੀ ਗੱਲ ਨਹੀਂ, ਇਹ ਵੀ ਆਪਣਾ ਮੁਹੰਮਦ ਅਲੀ ਦਾ ਸੁਪਨਾ ਪੂਰਾ ਕਰ ਸਕਦੇ ਹੈ ਵੀ ਆਪਾਂ ਇਕੱਠੇ ਰਹੋ ਤਾਂ ਆਪਣੀ ਦੁਨੀਆ ਨੂੰ ਕੋਈ ਤਾਕਤ ਹਰਾ ਹੀ ਨਹੀਂ ਸਕਦੀ, ਇਹ ਉਹ ਵਿਜ਼ਨ ਇਹਨਾਂ ਨੇ ਜਾਰੀ ਕੀਤਾ ਬੱਚਿਓ। ਅਤੇ ਕੁੱਲ ਮਿਲਾ ਕੇ ਆਪਾਂ ਮਾੜਾ ਇਸਨੂੰ ਬਾਰੇ ਮੈਪ ਵੀ ਦਿਖਾ ਦਿੰਦੇ ਹਾਂ, ਆਹ ਆਪਣਾ ਪਰਸ਼ੀਅਨ ਗਲਫ ਆ ਗਿਆ, ਜਿਵੇਂ ਇੱਧਰਲੇ ਪਾਸੇ ਆਪਣਾ ਇਰਾਨ ਆ ਗਿਆ,
ਆਪਣਾ ਓਮਾਨ, ਆਹ ਦੇਖੋ ਪਾਣੀ ਦਾ ਕਿੰਨਾ ਬਰੀਕ ਰਸਤਾ ਹੈ। ਸੱਚ ਲੈ ਇਹਦਾ ਸਵਾਲ ਵੀ ਅੱਜ ਦੀ ਕਲਾਸ 'ਚ ਹੀ ਆ ਜਾਊਗਾ, ਤੁਹਾਨੂੰ ਦੱਸ ਦਿੰਦੇ ਹਾਂ। ਬਾਕੀ ਗਲਫ ਕੋਆਪਰੇਸ਼ਨ ਜਿਹੜਾ ਕੌਂਸਲ ਹੈ ਇਹਦੇ 6 ਮੁਲਕਾਂ ਵਿੱਚੋਂ ਕੁਵੈਤ ਹੈ, ਬਹਰੇਨ ਹੈ, ਕਤਰ ਹੈ, ਸਾਊਦੀ ਅਰੇਬੀਆ ਹੈ, UAE ਹੈ, ਉਹ ਅਤੇ ਓਮਾਨ ਹੈ। 1, 2, 3, 4, 5 ਅਤੇ 6, ਸਮਝ ਗਏ ਮੇਰੀ ਗੱਲ। ਇਹ 6 ਮੁਲਕਾਂ ਨੇ 1981 ਦੇ ਵਿੱਚ ਇਹ ਬਣਾਈ ਹੈ, ਅਤੇ ਇਹਨਾਂ ਨੇ ਨਾਟੋ ਵਾਲਾ ਕੰਮ ਕਿਹੜਾ ਕੀਤਾ? ਜਿਵੇਂ ਨਾਟੋ ਕੰਟਰੀਆਂ ਨਹੀਂ, ਉਹ ਵੀ ਸਿਕਿਉਰਿਟੀ ਇੱਕ ਮਿਲਟਰੀ ਅਲਾਇੰਸ ਹੈ। ਉਹ ਕਹਿੰਦੇ ਜੇਕਰ ਆਪਣੇ ਕਿਸੇ ਵੀ ਮੁਲਕ 'ਤੇ ਹਮਲਾ ਹੁੰਦਾ ਤਾਂ ਕਹਿੰਦੇ ਉਹ ਮੁਲਕ ਉਹ ਜਾਂ ਹਮਲਾ ਉਸ ਮੁਲਕ 'ਤੇ ਨਹੀਂ ਹੋਇਆ, ਉਹ ਹਮਲਾ ਨਾਟੋ 'ਤੇ ਹੋਇਆ। ਉਹ ਵੀ ਇਹਨਾਂ ਨੇ ਕੀਤਾ ਜੇ ਕਹਿੰਦਾ ਆਪਣੇ 6 ਦੇ ਵਿੱਚੋਂ ਕਿਸੇ ਮੁਲਕ ਨੂੰ ਡਰਾਇਆ ਧਮਕਾਇਆ ਜਾਊਗਾ ਤਾਂ ਕਹਿੰਦਾ 6 ਮੁਲਕ ਉਸ ਮੁਲਕ ਵਾਸਤੇ ਸਟੈਂਡ ਲੈਣਗੇ ਅਤੇ ਰਲ ਕੇ ਫਿਰ ਸਾਹਮਣਾ ਕਰਨਗੇ ਉਸ ਮੁਸੀਬਤ ਦਾ। ਇਹ ਵਿਜ਼ਨ ਇਹ 'ਚ ਇਹਨਾਂ ਨੇ ਲਿਖਿਆ। ਆ ਤੁਹਾਨੂੰ ਦੱਸ ਹੀ ਦਿੰਦਾ ਵਾ, ਦੇਖੋ ਦ ਵਿਜ਼ਨ ਫੋਰ ਰੀਜਨਲ ਸਿਕਿਉਰਿਟੀ ਐਮਫੈਸਿਸ ਡੈਟ ਇਟ ਇਜ਼ ਬੇਸਡ ਔਨ ਦ ਪ੍ਰਿੰਸੀਪਲ ਆਫ ਡੈਸਟਨੀ ਐਂਡ ਸ਼ੇਡ। ਤਾਂ ਉਹ ਗੱਲ ਉਹੀ ਆ ਗਈਆਂ ਵੀ ਆਪਾਂ ਆਪਸ 'ਚ ਕੀ ਹੈ ਮੇਨਟੇਨ ਰੱਖਣਾ, ਚੰਗਾ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ। ਬਟ ਆਹ ਦੇਖੋ ਕੀ ਲਿਖਿਆ, ਐਨੀ ਥਰੈਟ ਟੂ ਵਨ, ਐਨੀ ਥਰੈਟ ਟੂ ਬੀ, 6 ਦੇ ਵਿੱਚੋਂ ਕਿਸੇ ਨੂੰ ਕੋਈ ਹਮਲੇ ਧਮਕੀ ਦਿੰਦਾ ਜਾਂ ਹਮਲਾ ਹੁੰਦਾ ਜਾਂ ਕੁਛ ਵੀ ਹੈ ਤਾਂ ਕਹਿੰਦਾ ਯਾਦ ਰੱਖਿਓ ਇਜ਼ ਥਰੈਟ ਟੂ ਆਲ ਮੈਂਬਰ ਸਟੇਟਸ। ਤਾਂ ਸਮਝ ਲਓ ਵੀ ਸਾਰਿਆਂ ਦੀ ਅੱਖ ਨੂੰ ਮਤਲਬ ਕੀ ਜਾਗਣਾ ਚਾਹੀਦਾ ਵੀ ਆਪਣੇ ਆੜੀ 'ਤੇ ਹਮਲਾ ਹੋ ਗਿਆ ਹੋਏ। ਅਤੇ ਆਸ ਨੂੰ ਮੈਂ ਦੱਸ ਹੀ ਦਿੱਤਾ ਵੀ ਇਸ ਡਾਕੂਮੈਂਟ ਦਾ ਵਿਜ਼ਨ ਕੀ ਹੈ ਵੀ ਆਪਾਂ ਰਿਸਪੈਕਟ ਕਰਨੀ ਹੈ ਇੱਕ ਦੂਜੇ ਦੇ ਸਿਧਾਂਤਾਂ ਨੂੰ, ਇੱਕ ਦੂਜੇ ਸੋਵਰੈਨਿਟੀ ਨੂੰ, ਇੱਕ ਦੂਜੇ ਦੇ ਇੰਟਰਨਲ ਮਸਲੇ ਹੈ ਉਹਨਾਂ ਦੀ ਰਿਸਪੈਕਟ ਕਰਨੀ ਹੈ ਵੀ ਆਪਾਂ ਜਾਣ ਕੇ ਬਹਿਤਾਂ ਨਹੀਂ ਕਰਨੀਆਂ ਇੱਕ ਦੂਜੇ ਦੇ ਮੁਲਕ ਨੂੰ, ਆਪਾਂ ਕੀ ਹੈ ਗਲਤ ਦਿਸ਼ਾ ਵੱਲ ਨਹੀਂ ਲੈ ਕੇ ਜਾਣਾ। ਜਿਵੇਂ ਆਪਣੇ ਹੁਣ ਗਵਾਂਢੀ, ਕਿਉਂਕਿ ਗਵਾਂਢੀ ਮੁਲਕ ਹੈ ਇਹ, ਅਤੇ ਗਵਾਂਢ 'ਚ ਜੇਕਰ ਚੰਗਾ ਰਿਲੇਸ਼ਨ ਹੋਵੇ ਤਾਂ ਤਰੱਕੀ ਛੇਤੀ ਹੁੰਦੀ ਹੈ। ਇਸ ਨੂੰ ਜੋਗ੍ਰਾਫੀ ਦੇ ਕਲਾਸ 'ਚ ਜਦੋਂ ਆਪਾਂ ਆਪਦੇ ਗਵਾਂਢੀ ਪੜ੍ਹਦੇ ਹੁੰਦੇ ਹਾਂ ਨਾ ਉੱਥੇ ਵੀ ਦੱਸਦਾ ਹੁੰਦਾ ਜਿਵੇਂ ਆਪਣਾ ਗਵਾਂਢ ਆਪਾਂ ਨੂੰ ਕਿੰਨਾ ਚੰਗਾ ਮਿਲਿਆ ਵੈ। ਆਸ ਨੂੰ ਦੱਸ ਹੀ ਦਿੱਤਾ ਵੀ ਇਹ ਪਹਿਲੀ ਵਾਰ ਇਹਨਾਂ ਨੇ ਬੱਚੋ ਮਤਲਬ ਇਹ ਚੀਜ਼ ਲੈ ਕੇ ਆਉਂਦੀ ਹੈ ਵਿਜ਼ਨ ਫੋਰ ਰੀਜਨਲ ਸਿਕਿਉਰਿਟੀ। ਸੈਰੇਮਨੀ ਹੈਲਡ ਹੋਈ ਸੀ ਹੈੱਡਕੁਆਟਰ ਰਿਆਦ ਦੇ ਵਿੱਚ। ਲਓ ਵੀ ਕਹਿੰਦੇ ਕਿਹੜੀ ਕੰਟਰੀ ਦੀ ਆਰਮੀ ਨੇ ਲਾਂਚ ਕੀਤਾ ਇੱਕ ਕੰਪੇਨ ਵੀ ਕੂੜਾ ਕਚਰਾ ਇਕੱਠਾ ਕਰਕੇ ਲਿਆਉਣਾ ਹੈ ਮਾਊਂਟ ਐਵਰੈਸਟ। ਤੁਸੀਂ ਕਹਿੰਦੇ ਹੋਵੋਗੇ ਵੀ ਬਾਹਲੀ ਡੇਂਜਰ ਜਾਤੀ ਆ ਮਨੁੱਖ ਨਾ, ਇਹ ਹਿਊਮਨਸ ਨੇ ਧਰਤੀ ਤਾਂ ਸਾੜਤੀ, ਸਮੁੰਦਰ ਸਾੜਤੇ, ਧਰਤੀ ਸਾੜਤੀ, ਹੁਣ ਆਪਾਂ ਪਹਾੜ ਵੀ ਨਹੀਂ ਕਹਿੰਦੇ ਛੱਡਣੇ, ਪਹਾੜਾਂ 'ਤੇ ਵੀ ਇੰਨਾ ਗੰਦ ਪੈ ਚੁੱਕਿਆ ਬੱਚੋ। ਇਹ ਚੌਥੀ ਵਾਰੀ ਨੇਪਾਲ ਵਾਲਿਆਂ ਨੇ ਆਰਮੀ ਮਿਸ਼ਨ ਲਾਂਚ ਕੀਤਾ ਵੀ ਉੱਥੋਂ ਪਤਾ ਕਿੰਨਾ ਕੂੜਾ ਕਰਕਟ ਗੰਦ ਮੰਦ ਪਾਤਾ ਦੁਨੀਆ ਦੇ। ਆਪਾਂ ਇਸ ਗਏ, ਚਲੋ ਆਪਾਂ ਤਾਂ ਕਹਿ ਸਕਦੇ ਹਾਂ ਪਹਿਲੀ ਵਾਰੀ ਵੀ ਆਪਾਂ ਤਾਂ ਇਸ ਭਾਈ ਚੀਜ਼ 'ਚ ਆਪਾਂ ਸ਼ਾਮਿਲ ਨਹੀਂ ਹੈਗੇ। 10 ਟਨ ਗਾਰਬੇਜ ਇਕੱਠਾ ਹੋ ਗਿਆ। ਆ ਪਿੱਛੇ ਤੁਸੀਂ ਖਬਰ ਵੀ ਸੁਣੀ ਹੋਊਗੀ, ਨੇਪਾਲ ਦਾ ਇੱਕ ਬੰਦਾ ਲਗਾਤਾਰ 3ਵੀਂ ਵਾਰੀ ਜਾ ਕੇ ਆਇਆ, 30 ਸਾਲ ਹੋ ਗਏ ਉਹਨੂੰ ਜਾਂਦੇ ਨੂੰ। ਇਹ ਮੈਨੂੰ ਤਾਂ ਲੱਗਦੀ ਖਬਰਾਂ ਸਾਰੀਆਂ ਥੱਲੇ ਆ ਕੇ ਦੱਸਦੀ ਉਹ ਹੈ ਵੀ ਨਜਾਇਜ਼ ਗੰਦ ਪੈ ਪਿਆ ਤੁਹਾਡੇ ਮਾਊਂਟ ਐਵਰੈਸਟ 'ਤੇ। ਤਾਂ ਉਹ ਤਾਂ ਮਸ਼ਕ ਮਾਰਦਾ। ਆ ਮਈ 'ਚ ਖਬਰ ਆਈ ਸੀ, ਮਈ 2024 ਦੀ ਖਬਰ ਹੈ, 340 ਦਾ ਤਾਂ ਮਰੇ ਪਏ ਹੈ, 340 ਬੰਦੇ ਮਰ ਗਏ ਮਾਊਂਟ ਐਵਰੈਸਟ 'ਤੇ। ਅਤੇ ਉੱਤੋਂ ਹੋਰ ਸਿਰਾ ਕੀ ਹੈ, 200 ਉੱਥੇ ਛੱਡੇ ਪਤੰਦਰ ਜਿਹੜੇ ਨਾਲ ਨੂੰ ਗਏ ਹੋਣਗੇ, ਛੱਡ ਕੇ ਭੱਜਿਆ ਉਹਨਾਂ ਕਿੱਥੇ ਤਾਰਾਂਗੇ ਹੁਣ, ਅਤੇ ਅਸੀਂ ਆਪ ਨੂੰ ਉਤਰਨਾ ਔਖਾ ਹੋਇਆ ਪਿਆ। ਸੋ ਕੁੱਲ ਮਿਲਾ ਕੇ ਇੰਨਾ ਕੁਛ ਹੁੰਦਾ। ਅਤੇ ਆਹ ਖਬਰ ਬੱਚੋ ਇਹ ਨੇਪਾਲ ਵਾਲਿਆਂ ਵੱਲੋਂ ਹੈ, ਇਹ ਗੱਲ ਯਾਦ ਰੱਖ ਲਿਓ ਵੀ ਨੇਪਾਲ ਦੀ ਆਰਮੀ ਨੇ ਮਾਊਂਟੇਨ ਕਲੀਨਿੰਗ ਕੰਪੇਨ 2024 ਦਾ ਬੱਚੋ ਲਾਂਚ ਕੀਤਾ ਹੈ, ਅਤੇ ਕਲੈਕਟ ਕਰਨਗੇ 10 ਟਨ ਆਫ ਗਾਰਬੇਜ, ਨਾਲ 5 ਬਾਉਡੀਆਂ ਵੀ ਲਿਆਏ ਹੈ। ਬਾਉਡੀਆਂ ਤਾਂ ਬਥੇਰੀਆਂ ਉੱਥੇ, ਮਤਲਬ ਹੁਣ ਤਾਂ ਬਸ
ਫੌਸਿਲਸ ਬਣ ਗਏ, ਹੁਣ ਤਾਂ ਅਵਿਸ਼ੇਸ਼ ਬਣ ਗਏ ਹੋਣਗੇ ਉਹ। ਅਤੇ ਇਸ ਬੱਚੋ ਮਿਸ਼ਨ ਨੂੰ ਲਾਂਚ ਕੌਣ ਕਰੇਗਾ, ਮਤਲਬ ਹੈੱਡ ਕੌਣ ਹੈ ਇਸ ਮਿਸ਼ਨ ਦਾ, ਯਾਦ ਰੱਖਿਓ ਅਦਿੱਤਿਆ ਕਰਕੀ, 12 ਬੰਦਿਆਂ ਦੀ ਟੀਮ ਹੈ। ਅਤੇ ਚੌਥੀ ਵਾਰੀ ਬੱਚੋ ਇਹ ਕੰਪੇਨ ਆਰਮੀ ਨੇ, ਨੇਪਾਲ ਦੀ ਆਰਮੀ ਨੇ ਲਾਂਚ ਕੀਤਾ। ਜੇ ਮਾਊਂਟ ਐਵਰੈਸਟ ਗੱਲ ਕਰੀਏ, ਇਹ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ, ਇਹੋ ਜਿਹੇ ਪੁਆਇੰਟ ਤਾਂ ਆਪਾਂ ਦੇਖਦੇ ਹੁੰਦੇ ਹਾਂ। ਜਦੋਂ ਆਪਾਂ ਸਾਰੇ ਕੋਂਟੀਨੈਂਟ ਵਾਈਸ ਹਾਈਐਸਟ ਪੁਆਇੰਟ ਅਤੇ ਲੋਐਸਟ ਪੁਆਇੰਟ ਦੇਖਦੇ ਹੁੰਦੇ ਹਾਂ, ਜਿਵੇਂ ਏਸ਼ੀਆ ਦਾ ਸਭ ਤੋਂ ਹਾਈਐਸਟ ਪੁਆਇੰਟ ਮਾਊਂਟ ਐਵਰੈਸਟ ਹੈ, ਵਰਲਡ ਦਾ ਵੀ ਇਹੀ ਹੈ, ਕਿੰਨਾ ਕੁ ਹਾਈਐਸਟ ਹੈ। ਇਹ ਬਹੁਤ ਬੱਚੇ ਨਾ ਹਜੇ ਵੀ ਇਹੀ ਪੜ੍ਹੀ ਜਾਂਦੇ ਇਕੱਲਾ 8848 ਮੀਟਰ, ਨਹੀਂ ਇਹ 2020 'ਚ ਨਵਾਂ ਅੰਕੜਾ ਦੇ ਦਿੱਤਾ ਸੀ ਚਾਈਨੀਜ਼ ਅਤੇ ਨੇਪਾਲ ਅਥੋਰਿਟੀ ਵਾਲਿਆਂ ਨੇ, ਕਿੰਨਾ 8848.86 ਮੀਟਰ, ਇਹ ਹੁਣ ਇੰਨਾ ਕਿਹਾ ਕਰਨ। ਮੈਂ ਬਹੁਤ ਥਾਵਾਂ 'ਤੇ ਦੇਖਿਆ ਬੱਚਾ ਪਾਰਟੀ ਅਤੇ ਪੜ੍ਹਾਉਣ ਵਾਲੇ ਉਹ 8848 ਕਰੀ ਜਾਂਦੇ ਹੈ, ਨਹੀਂ 8848 ਪੁਆਇੰਟ ਤੋਂ ਬਾਅਦ 86 ਮੀਟਰ, ਅਤੇ ਨਵਾਂ ਅੰਕੜਾ ਆਇਆ ਸੀ, ਆਇਆ ਵੀ ਹੁਣੀ ਹੈ 2020 ਦਾ ਅੰਕੜਾ ਹੈ। ਅਤੇ ਨੇਪਾਲ ਦੇ ਵਿੱਚ ਮਾਊਂਟ ਐਵਰੈਸਟ ਨੂੰ ਕੀ ਕਹਿੰਦੇ ਹੈ, ਜਿੱਥੇ ਹੁਣ ਸਫਾਈ ਕਰ ਰਹੇ ਹੈ ਨੇਪਾਲ ਦੇ ਵਿੱਚ, ਉਹ ਮਾਊਂਟ ਐਵਰੈਸਟ ਨਹੀਂ ਕਹਿੰਦੇ, ਆਪਾਂ ਕਹਿੰਦੇ ਹਾਂ ਸਾਗਰ ਮਿੱਠਾ, ਸਾਗਰ ਮੱਠ ਕਹਿੰਦੇ, ਸਾਗਰ ਮੱਠ, ਸਮਝ ਗਏ ਮੇਰੀ ਗੱਲ। ਚਲੋ ਵੀ ਇਹ ਪੁਆਇੰਟ ਤੁਸੀਂ ਯਾਦ ਰੱਖ ਸਕਦੇ ਹੋ, ਪਰ ਆਹ ਪੁਆਇੰਟ ਵੀ ਬਹੁਤ ਜ਼ਿਆਦਾ ਕੀਮਤੀ ਹੈ, ਕਿਉਂਕਿ ਜਦੋਂ ਆਪਾਂ ਆਪਣੇ ਨੈਸ਼ਨਲ ਨਿਊਜ਼ ਦੀ ਪਿੱਛੋਂ ਆਪਾਂ ਕਵਰੇਜ ਕੀਤੀ ਸੀ, ਉੱਥੇ ਆਪਾਂ ਕਾਫੀ ਮਾਊਂਟੇਨ ਰੇਂਜ ਪੜ੍ਹਦੇ ਹੁੰਦੇ ਹਾਂ, ਪੀਰ ਪੰਜਲ ਰੇਂਜ ਦੀ ਗੱਲ ਕੀਤੀ ਹੈ, ਜਾਂਸਕਰ ਰੇਂਜ ਦੀ ਗੱਲ ਕੀਤੀ ਹੈ, ਟਨਲਸ ਦੀ ਗੱਲ ਕੀਤੀ ਹੈ, ਤਾਂ ਪੇਪਰਸ ਨੂੰ ਪੁੱਛ ਸਕਦੇ ਹੈ ਜਿਹੜੀ ਮਾਊਂਟ ਐਵਰੈਸਟ ਜਿਹੜੀ ਪਹਾੜੀ ਹੈ, ਇਹ ਪੀਕ ਹੈ, ਮਾਊਂਟੇਨ ਰੇਂਜ ਹੈ, ਵੀ ਇਹ ਕਿਹੜੀ ਹਿਮਾਲਿਆ ਦੀ ਰੇਂਜ ਦੇ ਵਿੱਚ ਆਉਂਦਾ ਹੈ, ਤਾਂ ਆਪਾਂ ਟਿੱਕ ਲਾਵਾਂਗੇ ਮਹਾ ਲੰਗੂਰ ਹਿਮਲ, ਹਿਮਾਲਿਆ ਤੋਂ ਹਿਮਲ ਹੈ, ਸਬ ਰੇਂਜ ਆਫ ਹਿਮਾਲਿਆਸ। ਆਹ ਪੁਆਇੰਟ ਜ਼ਰੂਰ ਯਾਦ ਰੱਖ ਲਿਓ, ਕਿਤੇ ਉੱਥੇ ਪੀਰ ਪੰਜਲ ਅਤੇ ਜਾਂਸਕਰ ਰੇਂਜ ਭੜਕਾ ਦਿਓ, ਤੁਹਾਡਾ ਪਤਾ ਹੀ ਨਹੀਂ ਕਿਹੜੀ ਟਿੱਕ ਲਾਉਂਗੇ ਪੇਪਰ ਦੇ ਵਿੱਚ, ਮਹਾ ਲੰਗੂਰ। ਅਤੇ ਚਾਈਨਾ ਨੇਪਾਲ ਬਾਰਡਰ 'ਤੇ ਹੈ, ਅਤੇ ਚਾਈਨਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਫਿਰ ਮਾਊਂਟ ਐਵਰੈਸਟ ਦਾ ਨਾਮ ਕੀ ਹੈ, ਚੋਮੋਲੁੰਗਮਾ। ਆਪਣੇ ਇੰਡੀਆ ਦੇ ਵਿੱਚ ਤਾਂ ਇਹਨੂੰ ਮਾਊਂਟ ਐਵਰੈਸਟ ਹੀ ਕਹਿਣੀ ਹੈ, ਕਿਉਂਕਿ ਉਹ ਬੰਦਾ ਜਿਹਨੇ ਸਰਵੇ ਕੀਤਾ ਸੀ ਗੋਰਾ ਜਾਰਜ ਐਵਰੈਸਟ, ਉਹਦੇ ਨਾਮ 'ਤੇ ਹੀ ਹੈ, ਇਹਦਾ ਜ਼ਿਕਰ ਬਹੁਤ ਥਾਵਾਂ 'ਤੇ ਪਹਿਲਾਂ ਕੀਤਾ ਹੋਇਆ ਆਪਾਂ। ਸੋ ਚੋਮੋਲੁੰਗਮਾ ਬੱਚੋ ਚਾਈਨਾ ਦੇ ਵਿੱਚ ਕਹਿੰਦੀ ਹੈ, ਅਤੇ ਸਾਗਰ ਮੱਠ ਆਪਣਾ ਨੇਪਾਲ 'ਚ ਕਹਿੰਦੀ ਹੈ, ਅਤੇ ਹੁਣ ਇਹਦੀ ਸਾਫ਼ ਸਫਾਈ ਇਹਦੀ ਭਾਈ ਚੱਲ ਚੁੱਕੀ ਹੈ, ਸਮਝ ਗਏ, ਦਿਵਾਲੀ ਵਾਲੀ ਆਪਾਂ ਦਿਵਾਲੀ ਵੇਲੇ ਕਰਦੇ ਹਾਂ, ਇਹ ਪਹਿਲਾਂ ਕਰਕੇ ਆਉਣਗੇ। ਆਪਣੇ ਵੀ ਪੋਰਟ ਆਪਾਂ ਬੜੇ ਖਬਰਾਂ ਦੇ ਵਿੱਚ ਪੜ੍ਹੇ ਆ, ਪਿੱਛੇ ਆਪਾਂ ਜੋ 8 ਕਲਾਸਾਂ ਲਾਈਆਂ ਨੈਸ਼ਨਲ ਨਿਊਜ਼ ਵਾਲੀਆਂ, ਵਰਲਡ ਦੇ ਵਿੱਚ ਵੀ ਇੱਕ ਪੋਰਟ ਖਬਰਾਂ ਦੇ ਵਿੱਚ ਹੈ, ਇਸ ਪੋਰਟ 'ਚ ਤਾਂ ਮਤਲਬ ਹੱਲਾ ਗੁੱਲਾ ਮੱਚ ਗਿਆ, ਅਮਰੀਕਾ ਦਾ ਪੋਰਟ ਹੈ, ਬਹੁਤ ਹੀ ਮਤਲਬ ਲਗਭਗ 1000 ਫੁੱਟ ਦੀ ਕਿਸ਼ਤੀ ਹੈ ਜਿਹੜਾ ਇਸ ਪੋਰਟ ਦਾ ਜਿਹੜਾ ਮਤਲਬ ਪੁਲ ਬਣਿਆ ਪਿਆ ਉਹ 'ਚ ਟਕਰਾ ਗਈ, ਅਤੇ ਪਤੰਦਰ ਨੇ ਪੁਲ ਹੀ ਸਿੱਟਤਾ, ਉਹ ਹਜੇ ਤੱਕ ਉਹ ਸ਼ਿਪ ਨਹੀਂ ਕੱਢੀ ਗਈ, ਹਜੇ ਤੱਕ ਵੀ ਕੰਮ ਚੱਲੀ ਜਾਂਦਾ, ਟੋ ਨਹੀਂ ਹੋ ਰਹੀ, ਉਹ ਬੜੀ ਵੱਡੀ ਚੀਜ਼ ਹੈ। ਅਤੇ ਕੁੱਲ ਮਿਲਾ ਕੇ ਖਬਰਾਂ ਦੇ ਵਿੱਚ ਭਾਈ ਇਹ, ਅਤੇ ਇਹ ਪੋਰਟ ਬਹੁਤ ਜ਼ਿਆਦਾ ਮੇਨ ਸੀ, ਕਿਉਂਕਿ ਅਟਲਾਂਟਿਕ ਓਸ਼ਨ ਦੇ ਨਾਲ ਜੋੜਦਾ ਸੀ ਇਹ ਪੋਰਟ ਆਫ ਬਾਲਟੀਮੋਰ, ਇੱਥੇ ਹੁਣ ਬਾਲਟੀਆਂ ਖਿਲਰਦੀਆਂ ਫੜਦੀਆਂ, ਨਾ ਹੁਣ ਬਾਲਟੀਆਂ ਨਾਲ ਇਹਨਾਂ ਤੋਂ ਕਿਸ਼ਤੀਆਂ ਖਾਲੀ ਹੁੰਦੀਆਂ, ਨਾ ਪੋਰਟ ਖਾਲੀ ਹੁੰਦਾ, ਬੜਾ ਜੱਬ ਖੜਾ ਹੋਇਆ ਪਿਆ। ਇਹ ਕਿੱਥੋਂ ਦਾ ਬੱਚੋ, ਇਹ ਅਮਰੀਕਾ ਦਾ। ਅੱਛਾ ਨਦੀ ਪੁੱਛ ਰਹੀ ਹੈ ਵੀ ਕਿਸ ਰਿਵਰ 'ਤੇ ਇਹ ਪੋਰਟ ਹੈ, ਪੈਟਾਪੈਕਸਕੋ, ਯਾਦ ਰੱਖ ਸਕਦੇ ਹੋ, ਇਹ ਮੈਂ ਇੱਕ ਵਾਰੀ ਦੁਬਾਰੇ ਪੜ੍ਹ ਲਓ, ਕਿਉਂਕਿ ਇਹ ਪੁਆਇੰਟ ਇਹੋ ਜਿਹੇ ਬਹੁਤ ਸੋਚਦੇ ਹੈ ਵੀ ਸਰ ਯਾਦ ਕਿਵੇਂ ਕਰਨਾ, ਯਾਦ ਨਹੀਂ ਕਰਨੇ ਹੁੰਦੇ, ਆਪਸ਼ਨ ਨੂੰ ਧਿਆਨ ਨਾਲ ਇੱਕ ਵਾਰੀ ਪੜ੍ਹਨਾ, ਪੇਪਰ ਦੇ ਵਿੱਚ ਵੀ ਆਪਸ਼ਨ ਦਿੱਤੇ ਮਿਲਣਗੇ, ਆਪਸ਼ਨ ਦੇਖ ਕੇ ਛਾਂਟਣਾ ਹੁੰਦਾ ਆਪਾਂ, ਪੇਪਰ ਦੇ ਵਿੱਚ ਆਪਾਂ ਕਿਸੇ ਨੂੰ ਮੂੰਹ ਜ਼ਬਾਨੀ ਨਹੀਂ ਸੁਣਾਉਣਾ ਵੀ ਆਪਾਂ ਨੂੰ ਉੱਥੇ ਪੇਪਰ, ਆਪਾਂ ਇੱਥੇ ਕੋਈ ਲਿਸਨਿੰਗ ਦਾ, ਰੀਡਿੰਗ ਦਾ, ਸਪੀਕਿੰਗ ਦਾ ਪੇਪਰ ਦੇਣ ਨਹੀਂ ਜਾਣਾ, ਵੀ ਮੂਹਰੇ ਵਨ ਔਨ ਵਨ ਬੈਂਚ 'ਤੇ ਬੰਦਾ ਬੈਠਾ ਹੋਊਗਾ ਅਤੇ ਉਹ ਪੁੱਛੂਗਾ ਦੱਸ ਵੀ ਪੋਰਟ ਆਫ ਬਾਲਟੀਮੋਰ ਕਿੱਥੇ ਹੈ, ਯਾਦ ਕਰੋਗੇ ਪੋਟਾ ਮੈਕਸ ਸੀ, ਪੋਟਾ ਪੈਸਕੁਸ ਕੀ ਸੀ, ਆਪਸ਼ਨ ਦੇਖਣੇ ਆ ਯਾਰ, ਜੇ ਪੜਿਆ ਹੋਊਗਾ ਮੱਥਾ ਮਾਰਿਆ ਹੋਊਗਾ, ਮੈਂ ਕਹਿੰਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਬੰਦੇ ਦਿਮਾਗ 'ਚ ਆਵੇ ਨਾ, ਕਮਾਲ ਕਰੀ ਜਾਂਦੇ ਤੁਸੀਂ, ਬਹੁਤ ਬੱਚੇ ਕਹਿੰਦੇ ਯਾਦ ਨਹੀਂ ਹੁੰਦਾ, ਯਾਦ ਕਰਨਾ ਹੀ ਨਹੀਂ, ਪੜ੍ਹਨਾ
ਦ ਪੋਰਟ ਆਫ ਬਾਲਟੀਮੋਰ ਬੱਚੋ ਇਹ ਇਸ ਨਦੀ 'ਤੇ ਹੈ ਜਿਹੜਾ ਦੁਬਾਰੇ ਨਾਲ ਤੁਸੀਂ ਲੈ ਲਿਓ ਮੇਰੇ ਤਾਂ ਪਸਕੋ ਵਿੱਚ ਮੂੰਹ ਹੀ ਅੜ ਜਾਂਦਾ ਕਿੱਥੇ ਹੈ ਇਹ ਮੈਰੀਲੈਂਡ ਆ ਬੱਚੋ ਮੈਰੀਲੈਂਡ ਯੂ ਐੱਸ ਦੀ ਸਟੇਟ ਆ ਗੱਲ ਯਾਦ ਰੱਖਿਓ ਅਤੇ ਕੁੱਲ ਮਿਲਾ ਕੇ ਕਮਰਸ਼ੀਅਲ ਹੱਬ ਹੈ ਓਬਵੀਅਸ ਹੈ ਯਾਰ ਕਿਉਂਕਿ ਇਹ ਪੋਰਟ ਬੱਚੋ ਕਨੈਕਟ ਕਰਦਾ ਅਟਲਾਂਟਿਕ ਓਸ਼ੀਅਨ ਦੇ ਨਾਲ ਅਤੇ ਇੱਥੇ ਬ੍ਰਿਜ ਵਿੱਚੋਂ ਕਲੈਪਸ ਕਰ ਚੁੱਕਿਆ ਮਤਲਬ ਹਲੇ ਕੰਮ ਚੱਲੀ ਜਾਂਦਾ ਸ਼ਿਪ ਸੀਗੀ ਡਾਲੀ ਸ਼ਿਪ ਦਾ ਨਾ ਹੀ ਬੜਾ ਘੈਂਟ ਹੈ 984 ਫੁੱਟ ਜਾ ਕੇ ਪਿੱਲਰ 'ਤੇ ਵੱਜੀ ਖਿਲਾਰਤਾ ਬ੍ਰਿਜ ਇਹਦੀ ਵੀਡੀਓ ਵੀ ਹੈਗੀ ਹੈ ਮੈਂ ਯੂਟਿਊਬ 'ਤੇ ਵੀਡੀਓ ਮੈਂ ਵੀ ਦੇਖੀ ਹੈ ਤੁਸੀਂ ਵੀ ਦੇਖ ਸਕਦੇ ਹੋ ਇਹੋ ਜਿਹੀ ਗੱਲ ਨਹੀਂ ਅਤੇ ਆਹ ਬ੍ਰਿਜ ਦਾ ਨਾਮ ਹੈ ਦ ਫਰਾਂਸਿਸ ਸਕੌਟ ਕੀ ਬ੍ਰਿਜ ਇਹ ਮੈਂ ਤਾਂ ਦੱਸਿਆ ਹੋ ਸਕਦਾ ਪੇਪਰ ਵਾਲਾ ਆਪਾਂ ਨੂੰ ਬ੍ਰਿਜ ਪੁੱਛ ਲਏ ਵੀ ਇਹ ਬ੍ਰਿਜ ਕਿਹੜੇ ਪੋਰਟ ਦਾ ਕਿਹੜੀ ਨਦੀ 'ਤੇ ਹੈ ਕਿਹੜੇ ਮੁਲਕ ਦਾ ਜ਼ਰੂਰੀ ਤਰੀਕੇ ਜਿਵੇਂ ਸਵਾਲ ਆਪਾਂ ਪੁੱਛਿਆ ਪੇਪਰ ਵਾਲਾ ਵੀ ਮਤਲਬ ਉਵੇਂ ਮੰਡੇਟਰੀ ਹੈ ਵੀ ਉਵੇਂ ਪੁੱਛੂਗਾ ਆ ਬ੍ਰਿਜ ਦਾ ਨਾਮ ਵੀ ਯਾਦ ਕਰ ਲਿਓ ਸਮਝ ਗਏ ਮੇਰੀ ਗੱਲ ਹਾਂ ਇੱਕ ਲੈਪਸ ਕਰ ਚੁੱਕੇ ਆ 77 ਦਾ ਇਹ ਪੁੱਲ ਹੈ ਬਸ ਕੰਮ ਨਿਬੜ ਗਿਆ ਬਾਰੀ ਬਾਰੀ ਕੀ ਦੇਖੀ ਜਾਣਾ ਆ ਗਈ ਸਟਰੇਟ ਉਹ ਆਹ ਸਟਰੇਟ ਉਹੀ ਹੈ ਜਿਹੜਾ ਤੁਹਾਨੂੰ ਮੈਂ ਅੱਗੇ ਕਿਹਾ ਨਾ ਤੁਹਾਨੂੰ ਸਵਾਲ ਕਰਾਊਂਗਾ ਮੈਂ ਆਹ ਪਿਆ ਆਹ ਦੇਖੋ ਆਹ ਹੁਣ ਤੁਹਾਨੂੰ ਯਾਦ ਹੋਣ ਲੱਗ ਗਿਆ ਹੋਊਗਾ ਵੀ ਆਹ ਗਲਫ ਕੋਆਪਰੇਸ਼ਨ ਕੌਂਸਲ ਵਾਲੇ ਮੁਲਕ ਆ ਗਏ ਓਮਾਨ ਯੂ ਏ ਈ ਕਤਰ ਸਾਊਦੀ ਅਰੇਬੀਆ ਕੁਵੈਤ ਬਹਰੇਨ ਇਹ ਆ ਗਏ ਨਾ ਸਾਰੇ ਮੁਲਕ ਇਹ ਸਾਰੇ ਕਿਹੜੇ ਮੁਲਕ ਹੈ ਯਾਦ ਕਰੋ ਜੀ ਸੀ ਸੀ ਵਾਲੇ ਇਹਦੇ ਨਾਲ ਕੀ ਆ ਪਾਣੀ ਵਿਚਾਲੇ ਕਿ ਆਹ ਇਰਾਨ ਆ ਗਿਆ ਉੱਪਰ ਆਹ ਦੇਖੋ ਆਹ ਆ ਗਿਆ ਪਰਸ਼ੀਅਨ ਗਲਫ ਆ ਪਰਸ਼ੀਅਨ ਗਲਫ ਹੈ ਆਹ ਇੱਧਰ ਰੈੱਡ ਸੀ ਆ ਗਈ ਆਹ ਮਤਲਬ ਜਿਹੜਾ ਪਾਣੀ ਦਾ ਬਹੁਤ ਬਰੀਕ ਰਸਤਾ ਨੂੰ ਬਹੁਤ ਵਾਰੀ ਕਰਾ ਚੁੱਕਿਆ ਮੈਂ ਆਹ ਦੇਖੋ ਕਿੰਨਾ ਸਟ੍ਰੈਟਜਿਕ ਲੋਕੇਸ਼ਨ 'ਤੇ ਹੈ ਇਸ ਸਟਰੇਟ ਦਾ ਨਾਮ ਕੀ ਹੈ ਹੋਰਮਜ਼ ਅਤੇ ਕਿਹਦੇ ਨਾਲ ਲੱਗਦੀ ਹੈ ਇਹ ਇਰਾਨ ਅਤੇ ਓਮਾਨ ਨਾਲ ਕਿਹਦੇ ਨਾਲ ਲੱਗਦੀ ਹੈ ਇਹ ਇਰਾਨ ਅਤੇ ਓਮਾਨ ਨਾਲ ਲੱਗਦੀ ਹੈ ਬਹੁਤ ਬੱਚੇ ਸੋਚਦੇ ਵੀ ਯੂ ਏ ਈ ਹੈ ਨਹੀਂ ਇੱਥੇ ਦਾ ਇਲਾਕਾ ਹੈ ਨਾ ਉਹ ਓਮਾਨ ਦੀ ਟੈਰੀਟਰੀ ਦੇ ਅੰਡਰ ਆਉਂਦਾ ਤੁਸੀਂ ਕਹਿੰਦੇ ਹੋਵੋਗੇ ਸਰ ਸਵਾਲ 'ਤੇ ਆਓ ਵਾਪਸ ਦੱਸਦਾ ਮੈਂ ਕੀ ਹੈ ਇਰਾਨ ਤਾਂ ਤੁਹਾਨੂੰ ਪਤਾ ਉੱਧਰ ਉੱਪਰ ਇਜ਼ਰਾਈਲ ਹੈ ਇਰਾਨ ਅਤੇ ਇਜ਼ਰਾਈਲ ਦੀ ਖੜਕੀ ਜਾਂਦੀ ਹੈ ਇੱਕ ਦੂਜੇ 'ਤੇ ਹਮਲੋ ਹਮਲੀ ਹੋਈ ਜਾਂਦੀ ਹੈ ਅਤੇ ਇਰਾਨ ਵਾਲੇ ਨੇ ਸਿੱਧਾ ਇਹਨਾਂ ਦਾ ਜਿਹੜਾ ਬੰਦਾ ਹੈ ਆਹ ਮਤਲਬ ਇਹਨਾਂ ਦਾ ਆਰਮੀ ਦਾ ਕਮਾਂਡਰ ਹੈ ਕਿਹਨਾਂ ਦੀ ਦਾ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਆਰਮੀ ਕਮਾਂਡਰ ਨੇ ਕਿਹਾ ਨੇਵੀ ਵਾਲੇ ਨੇ ਕਿਹਾ ਸੋਰੀ ਨੇਵੀ ਕਮਾਂਡਰ ਨੇ ਕਿਹਾ ਕਹਿੰਦੇ ਜਿਹੜੀ ਸਟਰੇਟ ਆਫ ਹੋਰਮਜ਼ ਹੈ ਕਹਿੰਦੇ ਅਸੀਂ ਬੰਦ ਵੀ ਕਰ ਸਕਦੇ ਹਾਂ ਅਤੇ ਕਹਿੰਦਾ ਦੁਨੀਆ ਦਾ ਡਾਟ ਨਿਕਲ ਜੂਗਾ ਡਾਟ ਚੀਕਾਂ ਨਿਕਲਣਗੀਆਂ ਕਿਹਦੇ ਕਰਕੇ ਕਿਹਾ ਉਹਨੇ ਉਹ ਕਹਿੰਦਾ ਇਜ਼ਰਾਈਲ ਕਰਕੇ ਕਹਿੰਦਾ ਜਿਹੜਾ ਇਜ਼ਰਾਈਲ ਹੈ ਉਹ ਬਾਹਲਾ ਇੱਥੇ ਮਤਲਬ ਆਪਦਾ ਹੱਲਾ ਗੁੱਲਾ ਮਚਾ ਰਿਹਾ ਚੰਗੇ ਸੰਬੰਧ ਬਣਾ ਰਿਹਾ ਖਾਸ ਕਰਕੇ ਯੂ ਏ ਈ ਵਰਗੇ ਮੁਲਕਾਂ ਦੇ ਨਾਲ ਅਤੇ ਤਾਂ ਇਰਾਨ ਦਾ ਵੱਧ ਗਿਆ ਬਲੱਡ ਅਤੇ ਉਹਨਾਂ ਦੇ ਇਹ ਨੇਵੀ ਕਮਾਂਡਰ ਨੇ ਵੀਡੀਓ ਦੇ ਵਿੱਚ ਕਿਹਾ ਇਹ ਵੀ ਵੀਡੀਓ ਆ ਚੁੱਕੀ ਹੈ ਕਿਉਂਕਿ ਦੁਨੀਆ ਦਾ 24% ਜਿਹੜਾ ਬੱਚੋ ਓਇਲ ਹੈ ਉਹ ਇਸ ਸਟਰੇਟ ਦੇ ਰਾਹੀਂ ਸਪਲਾਈ ਹੁੰਦਾ ਇਨਫੈਕਟ ਆਪਣਾ ਇੰਡੀਆ ਵਾਸਤੇ ਵੀ ਇਹ ਸਟਰੇਟ ਬਹੁਤ ਜ਼ਿਆਦਾ ਕੀਮਤੀ ਹੈ ਦੁਨੀਆ ਤਾਂ ਬਾਕੀ ਹਿੱਲੂਗੀ ਅਤੇ ਨਾਲ ਉਹਨੇ ਵੀਡੀਓ 'ਚ ਇਹ ਵੀ ਕਿਹਾ ਅਸੀਂ ਇਹ ਕਰ ਸਕਦੇ ਹਾਂ ਐਂ ਨਹੀਂ ਕਿਹਾ ਵੀ ਅਸੀਂ ਕਰਾਂਗੇ ਇਹ ਵੀ ਇਰਾਨ ਵੀ ਇਜ਼ਰਾਈਲ ਨੂੰ ਆਉਣ ਦੇ ਇੱਥੇ ਬਣਾਉਣ ਦੇ ਸੰਬੰਧ ਆਪਦੇ ਕਰਦੇ ਹਾਂ ਗੱਲ ਵੀ ਦਿਖਾਉਣ ਇੱਥੇ ਆਪਦੀ ਕਿਸ਼ਤੀ ਟਪਾ ਕੇ ਉਹ ਅਤੇ ਨਾ ਉਹਨਾਂ ਦੀ ਕਿਸ਼ਤੀ 5 ਡਬੋਤੀ ਸੀ ਇੱਥੇ ਰੋੜੇ ਮਾਰ ਕੇ ਟੰਮ ਮਾਰ ਕੇ ਹੋਰ ਤਾਂ ਕਰ ਵੀ ਕੀ ਲੈਣਗੇ ਆਪਾਂ ਅਤੇ ਕੁੱਲ ਮਿਲਾ ਕੇ ਉਹ ਕਹਿੰਦੇ ਕਰ ਸਕਦੇ ਹੈ ਪਰ ਉਹਨੇ ਨਾਲ ਹਿੰਟ ਦੇ ਤਾ ਵੀ ਨਹੀਂ ਕਰਦੇ ਕਿਉਂਕਿ ਤਾਂ ਦੁਨੀਆ ਬਾਹਲੀ ਡਿਪੈਂਡੈਂਟ ਹੈ ਕਹਿੰਦੇ ਸਾਡੇ ਬਹੁਤ ਮੁਲਕ ਫਰੈਂਡਲੀ ਨੇਸ਼ਨ ਵੀ ਹੈ ਉਹਨਾਂ ਨੂੰ ਭੁਗਤਣਾ ਪੈ ਸਕਦਾ ਬਟ ਇੰਨਾ ਵਾਧੂ ਹੈ ਬਸ ਇਹ ਖਬਰਾਂ 'ਚ ਆ ਹੀ ਗਿਆ ਵੀ ਇਹ ਸਟਰੇਟ ਕਿਹਦੇ ਵਿਚਕਾਰ ਹੈ ਤਾਂ ਆਪਾਂ ਬੱਚੋ ਟਿੱਕ ਲਾ ਦਾਂਗੇ ਇਰਾਨ ਅਤੇ ਓਮਾਨ ਦੇ ਵਿਚਕਾਰ ਹੈ ਸੋ ਸਿੰਪਲ ਅਤੇ ਕਿਹਨੂੰ ਜੋੜਦਾ ਇੱਧਰ ਪਰਸ਼ੀਅਨ ਗਲਫ ਹੈ ਇੱਥੇ ਓਮਾਨ ਹੈ ਤਾਂ ਜਿਹਦੇ ਕਰਕੇ ਬੱਚੋ ਇੱਥੇ ਗਲਫ ਦਾ ਨਾਂ ਫਿਰ ਕੀ ਹੈ ਗਲਫ ਆਫ ਓਮਾਨ ਹੈ ਇੱਥੇ ਅੱਗੇ ਆਪਣਾ ਅਰੇਬੀਅਨ ਸੀ ਆ ਗਿਆ ਬਈ ਇੱਥੇ ਜੇ ਆਪਣਾ ਫਿਰ ਮੁਲਕ ਆ ਜੂਗਾ ਹੋਰ ਕੀ ਆ ਯਾਰ ਸੋ ਸਿੰਪਲ ਬਸ ਆਹੀ ਚੀਜ਼ਾਂ ਹੁੰਦੀਆਂ ਇਹ ਕਿਸੇ ਨੂੰ ਆਹ ਸਟਰੇਟ ਪੜ੍ਹਾਊਂਗਾ ਅੱਗੇ ਜਾ ਕੇ ਬਾਬਲ ਮੰਡੇਵ ਇਹ ਕਿਹਨੂੰ ਜੋੜਦੀ ਆ ਦੇਖੋ ਰੈੱਡ ਸੀ ਹੈ ਅਤੇ ਗਲਫ ਆਫ ਐਡਨ
ਆ ਮੁਲਕ ਹੈਗਾ ਡਿਜੀਬੂਟੀ, ਯਮਨ, ਸਮਝ ਗਏ ਮੇਰੀ ਗੱਲ? ਸੋ ਇਹ ਸਟੇਟਾਂ ਬਹੁਤ ਜ਼ਿਆਦਾ ਮੇਨ ਹੁੰਦੀਆਂ, ਅਤੇ ਕਮਾਂਡਰ ਜਿਹੜਾ ਇਰਾਨ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਦਾ ਨੇਵੀ ਕਮਾਂਡਰ, ਉਹਨੇ ਵਾਰਨ ਕੀਤਾ ਵੀ ਇਰਾਨ ਵਾਲਿਆਂ ਨੇ ਕਿਹਾ ਵੀ ਅਸੀਂ ਕਲੋਜ਼ ਕਰ ਸਕਦੇ ਹਾਂ ਸਟੇਟ ਨੂੰ ਜੇਕਰ ਇਜ਼ਰਾਈਲ UAE ਨਾਲ ਇਸੇ ਤਰੀਕੇ ਨਾਲ ਮਤਲਬ ਆਪਦੇ ਸੰਬੰਧ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗਾ। ਵੀ ਕਮੀਨਾ ਮੁਲਕ ਆ ਯਾਰ ਇਹ, ਇਸ ਮੁਲਕ ਨੇ ਇਸ ਸਮੇਂ ਦੁਨੀਆ ਨੂੰ ਚਿੰਤਾ 'ਚ ਪਾ ਰੱਖਿਆ। ਅੱਗੇ ਪੜ੍ਹਾਂਗੇ ਆਪਾਂ, ਬਹੁਤ ਲੋਕਾਂ ਨੇ ਸਟੇਟਸ ਪਾ ਰੱਖਿਆ ਆਲ ਆਈਸ ਔਨ ਰਾਫਾ, ਇਹ ਕੀ ਹੈ ਇਹ ਆਪਾਂ ਨੈਕਸਟ ਕਲਾਸ 'ਚ ਆਪਾਂ ਦੇਖਾਂਗੇ, ਨੈਕਸਟ ਮੰਥ 'ਚ ਆਪਾਂ ਦੇਖਾਂਗੇ। ਅਤੇ ਸਟੇਟ ਆਫ ਹੋਰਮਜ਼ ਬੱਚੋ ਇਹ ਆਪਾਂ ਦੇਖ ਹੀ ਲਿਆ, ਇਹ ਪਰਸ਼ੀਅਨ ਗਲਫ ਅਤੇ ਗਲਫ ਆਫ ਅਮਾਨ ਦੇ ਵਿੱਚ ਹੈ, ਇਹ ਬਹੁਤ ਤਕੜਾ ਪੈਸੇਜ ਹੈ, ਇਕੱਲਾ ਇਕਲੌਤਾ ਤਾਂ ਪੈਸੇਜ ਹੈ ਜਿਹੜਾ ਸਿੱਧਾ ਗਾਹਾਂ ਓਸ਼ੀਅਨ ਦੇ ਵਿੱਚ ਓਪਨ ਹੁੰਦਾ, ਅਤੇ ਮਤਲਬ ਮੇਨ ਚੌਕ ਪੁਆਇੰਟ ਹੈ। ਜੇ ਇੱਥੇ ਬਲੌਕ ਹੋ ਗਿਆ ਬਸ ਕਰ ਲਓ ਵਪਾਰ, ਭੇਜ ਲਓ ਤੇਲ ਇੱਥੇ। ਅਤੇ ਨੌਰਥ ਕੋਸਟ ਆਪਾਂ ਦੇਖੀਦਾ ਇੱਧਰ ਇਰਾਨ ਆ ਬੱਚੋ, ਅਤੇ ਸਾਊਥ ਕੋਸਟ 'ਚ ਆਹ ਦੇਖੋ ਆਹ ਟੈਰੀਟਰੀ ਦਾ ਨਾਮ ਹੈ, ਮੈਂ ਥੋੜ੍ਹਾ ਜਿਹਾ ਨਾ ਇੱਥੇ ਉੱਪਰ ਕਰਦਾ, ਆਹ ਟੈਰੀਟਰੀ ਦਾ ਨਾਮ ਹੈ ਮੁਸਾਦਨ, ਮੁਸਾਦਮ ਪੈਨਿਨਸੂਲਾ, ਜਿਹੜਾ ਕਿ ਮਤਲਬ UAE ਅਤੇ ਆਪਣਾ ਕਹਿ ਦਿਓ ਵੀ ਓਮਾਨ ਵਾਲੇ ਕੰਟਰੋਲ ਕਰਦੇ ਹੈ। ਮੈਂ ਤੁਹਾਨੂੰ ਕਿਹਾ ਸੀ ਨਾ ਵੀ ਬਹੁਤ ਬੱਚੇ ਸੋਚਦੇ ਹੈ ਵੀ ਇੱਥੇ UAE ਨਹੀਂ, ਇਹ ਓਮਾਨ ਦੀ ਟੈਰੀਟਰੀ ਹੀ ਹੈ ਮੁਸਾਦਮ। ਕਿਹੜੀ ਟੈਰੀਟਰੀ ਬੱਚੋ? ਮੁਸਨਡੈਮ, ਕੋਈ ਮਰਜ਼ੀ ਪ੍ਰੋਨਾਊਂਸ ਕਰ ਲਓ, ਮੁਸੰਦਮ ਮੁਸੰਦਮ ਹੀ ਕਰ ਲਓ, ਕੋਈ ਚੱਕਰ ਵਾਲੀ ਗੱਲ ਨਹੀਂ। ਮੇਰੇ ਹਿਸਾਬ ਨਾਲ ਮੁਸਲਿਮਸ ਵੀ ਉਹ ਵੀ ਇਹਨਾਂ ਨੂੰ ਮੁਸੰਦਮ ਮੁਸੰਦਮ ਹੀ ਕਰਦੇ ਹੋਣਗੇ, ਠੀਕ ਹੈ, ਡੈਮ ਡੂਮ ਤਾਂ ਘੱਟ ਹੀ ਕਰਦੇ ਹੋਣਗੇ ਉਹ। ਚਲੋ ਵੀ, ਸੋ ਸੈਨ ਕਾਕੂ ਆਈਲੈਂਡ ਆ ਗਿਆ, ਲਓ ਵੀ ਦੇਖਦੇ ਫਿਰ ਕਿਹੜਾ ਕਾਕੂ ਦੱਸਦਾ। ਇਹ ਆਈਲੈਂਡ ਨੇ ਬੜੇ ਯੱਬ ਖੜ੍ਹੇ ਕਰ ਰੱਖੇ ਹੈ, ਇਹ ਜਪਾਨ ਵਾਲਿਆਂ ਦੇ ਕੰਟਰੋਲ 'ਚ ਚੰਗਾ ਭਲਾ ਸੀਗਾ, ਇਹ ਜਪਾਨ ਵਾਲਿਆਂ ਨੇ 1895 ਦੇ ਵਿੱਚ ਇਹਨੂੰ ਡਿਸਕਵਰ ਕੀਤਾ ਸੀਗਾ, ਬਟ ਪੁਆੜੇ ਤਾਂ ਪਾਈ ਦੁਨੀਆ ਭਰ 'ਚ ਅਮਰੀਕਾ UK ਵਾਲਿਆਂ ਨੇ, ਦੁਨੀਆ ਮਰਵਾਈ ਹੈ ਇਹਨਾਂ ਮੁਲਕਾਂ ਨੇ। ਵਰਲਡ ਵਾਰ II ਦੇ ਟਾਈਮ 'ਤੇ ਇਹਦੇ ਕਬਜ਼ਾ ਹੋ ਗਿਆ ਅਮਰੀਕਾ ਵਾਲਿਆਂ ਦਾ, ਬਾਅਦ 'ਚ ਇਹਨਾਂ ਨੇ 1972 ਦੇ ਆਸ ਪਾਸ ਜਪਾਨ ਵਾਲਿਆਂ ਨੂੰ ਦੇਤਾ। ਜਦੋਂ ਜਪਾਨ ਵਾਲਿਆਂ ਤੋਂ ਕੰਟਰੋਲ ਹੀ ਨਹੀਂ ਰਿਹਾ, ਸੰਨ 'ਚ ਅਮਰੀਕਾ ਵਿੱਚ ਵੜ ਕੇ ਬਹਿ ਗਿਆ, ਤਾਂ ਚਾਈਨਾ ਵਾਲਿਆਂ ਨੇ ਬਸ 25-30 ਸਾਲਾਂ 'ਚ ਪਾਤਾ ਗਾ, ਉਹ ਕਹਿੰਦੇ ਉਹਨਾਂ ਨੇ ਆਪਦਾ ਹੱਕ ਜਿਤਾਉਣਾ ਸ਼ੁਰੂ ਕਰਤਾ ਵੀ ਅਮਰੀਕਾ ਕੌਣ ਹੁੰਦਾ ਇੱਥੇ, ਕਹਿੰਦੇ ਸਾਡਾ। ਉਹ ਜਪਾਨ ਨੇ ਸਿਰ ਫੜ ਲਿਆ, ਕਹਿੰਦਾ ਮਾਰਤੇ ਹੋਏ, ਉਹ ਕਹਿੰਦੇ ਲੱਭਿਆ ਅਸੀਂ ਸੀ, ਕੰਟਰੋਲ 'ਚ ਸਾਡੇ ਸੀ, ਇਹ ਦੂਜੇ ਵਰਲਡ ਵਾਰ ਦੇ ਟਾਈਮ 'ਤੇ ਠੀਕ ਹੈ ਵਿੱਚ ਅਮਰੀਕਾ ਅੜ ਗਿਆ, ਉਹ ਐਡਮਿਨਿਸਟਰ ਕਰਨ ਲੱਗ ਗਿਆ, ਵੀ ਤੁਸੀਂ ਵਿੱਚ ਕਿੱਧਰ ਅੜ ਗਏ। ਹੁਣ ਚਾਈਨਾ ਅਤੇ ਜਪਾਨ ਵਾਲੇ ਦੋਨੇ ਭਿੜਦੇ ਆ ਬੱਚੋ, ਬਹੁਤ ਵੱਡਾ ਪੁਆਇੰਟ ਹੈ ਸੇਨ ਕਾਕੂ ਆਈਲੈਂਡ ਦਾ, ਅਤੇ ਇਹ ਕਿੱਥੇ ਸਥਿਤ ਹੈ ਤਾਂ ਇੱਥੇ ਬੱਚਾ ਆਹ ਦੇਖੋ ਕਿੰਨੇ ਡੇਂਜਰ ਪੁਆਇੰਟ ਹੈ, ਇਹ ਪੇਪਰ 'ਚ ਗੌਰ ਨਾ ਪੜ੍ਹਨਾ, ਕਾਹਲੀ ਨਾ ਕਰਿਓ। ਈਸਟ ਚਾਈਨਾ ਸੀ, ਕੀ ਟਿਕ ਲਾਵਾਂਗੇ ਬੱਚੇ ਆਪਾਂ, ਈਸਟ ਚਾਈਨਾ ਸੀ। ਇੱਕ ਹੁਣ ਖਬਰਾਂ 'ਚ ਕਿਉਂ ਹੈ? ਕਿਉਂਕਿ ਜਿਹੜਾ ਅਮਰੀਕਾ ਹੈ ਉਹ ਭਾਈ ਜਪਾਨ ਦੇ ਹੱਕ 'ਚ ਹੈ, ਉਹ ਕਹਿੰਦਾ ਵੀ ਜਪਾਨ ਦਾ ਹੈ, ਉਹ ਕਹਿੰਦਾ ਜਿਹੜਾ ਕਲੇਮ ਕਰਦਾ ਨਾ ਵੀ ਸਾਡਾ, ਚਾਈਨਾ ਵਾਲੇ ਕਹਿੰਦੇ ਇਹਨੂੰ ਸਿਰੇ ਤੋਂ ਖਾਰਜ ਕਰਦੇ ਆ, ਬੈਠੇ ਨੂੰ ਖਾਰਜ ਕਰੀ ਜਾਂਦੇ ਆ, ਬਸ ਪਾ ਕੇ ਦੁਨੀਆ ਦੇ ਖੁਰਕ ਹੁਣ ਹੁਣ ਖਾਰਜ ਕਰੀ ਜਾਂਦੇ ਆ। ਜਪਾਨ ਅਤੇ ਅਮਰੀਕਾ ਨੇ ਬੱਚੋ ਰੀਸੈਂਟਲੀ ਇਸ਼ੂ ਕੀਤੀ ਹੈ ਜੁਆਇੰਟ ਸਟੇਟਮੈਂਟ, ਉਹਨਾਂ ਨੇ ਅਪੋਜ਼ ਕੀਤਾ ਹੈ ਜਿਹੜਾ ਚਾਈਨਾ ਦਾ ਜਿਹੜਾ ਕਲੇਮ ਹੈ ਵੀ ਇਹ ਸਾਡਾ, ਗੱਲ ਨਿਬੜ ਗਈ। ਇਹ ਬੱਚੋ ਆਈਲੈਂਡ ਹੈ ਕਿੱਥੋਂ ਦਾ? ਈਸਟ ਚਾਈਨਾ ਸੀ ਦਾ। ਜਪਾਨ ਯਾਦ ਰੱਖਿਓ ਵੀ ਇਹ ਆਈਲੈਂਡ ਪਿੱਛੇ ਰੌਲਾ ਕਿਹਦਾ? ਜਪਾਨ ਅਤੇ ਚਾਈਨਾ ਦਾ, ਇਹਦੇ ਵਿੱਚ ਪੁਆੜਾ ਪਾਉਣ ਵਾਲੇ ਹੈ, ਇਹ ਵਿੱਚ ਅੱਗਾਂ ਲਵਾਉਣ ਵਾਲੇ ਹੈ, ਇਹ ਤੇਲ ਦਾ ਕੰਮ ਕਰਦੇ ਹੈ, ਜਿਹਦੇ ਨੂੰ ਬੱਗ ਬੁੱਝਦੀ ਹੈ ਛੱਟੇ ਫੇਰ ਪਾ ਜਾਂਦੇ ਹੈ। ਹੁਣ ਸੇਨ ਕਾਕੂ ਆਈਲੈਂਡ ਇਹ ਨਾਮ ਕਿਹਦਾ? ਜਪਾਨ ਦਾ। ਚਾਈਨਾ ਵਾਲੇ ਇਹਨੂੰ ਸੇਨ ਕਾਕੂ ਨਹੀਂ ਕਹਿੰਦੇ, ਚਾਈਨਾ ਵਾਲੇ ਦੀ ਤਾਂ ਗੰਦੀ ਆਦਤ ਹੈ, ਉਹ ਆਪਦੇ ਨਾਂ ਧਰ ਕੇ ਬਹਿ ਜਾਂਦੇ ਹੈ। ਚਾਈਨਾ ਵਾਲੇ ਬੱਚੋ ਇਸ ਆਈਲੈਂਡ ਨੂੰ ਕੀ ਕਹਿੰਦੇ ਆ? ਬਹੁਤ ਮੇਨ ਪੁਆਇੰਟ ਹੈ, ਦੀਆ ਉਹ ਇਹਨੂੰ ਦੀਆ ਉਹ ਹੀ ਕਹਿੰਦੇ ਆ, ਇਹਨੂੰ ਉਹ ਹੀ ਨਹੀਂ ਕਹਿੰਦੇ। ਮੈਂ ਕਥਾਂ ਇੱਕ ਲੀਡਰ ਪੜ੍ਹਦਾ ਸੁਣਿਆ ਸੀਗਾ, ਉਹ ਕਹਿੰਦਾ ਦੀਆ ਉਹ, ਮੈਂ ਕਿਹਾ ਅੱਜ ਕਰਕੇ ਆਓ, ਫਿਰ ਬਾਅਦ 'ਚ ਪਤਾ ਲੱਗਿਆ ਵੀ DIAOYU ਇਹਨੂੰ ਚਾਈਨੀਜ਼ ਦੇ ਵਿੱਚ ਇਸ ਨਾਮ ਨਾਲ ਪੁਕਾਰਦੇ। ਇਹ ਤਾਂ ਕੁਛ ਵੀ ਨਹੀਂ,
ਵੀ ਚਾਈਨਾ ਜਪਾਨ ਵਾਲੇ ਹੈ, ਤੁਹਾਨੂੰ ਹਾਸੀ ਆਊਗੀ ਸੁਣ ਕੇ, ਵਿੱਚ ਤੀਜਾ ਮੁਲਕ ਅੜੀ ਜਾਂਦਾ ਕਿਉਂਕਿ ਤਾਈਵਾਨ ਦੇ ਨੇੜੇ ਹੀ ਪੈਂਦਾ, ਤਾਈਵਾਨ ਵਾਲੇ ਝਾਕ ਜੀ ਰੱਖਦੇ ਆ ਕਹਿੰਦੇ ਮਾੜਾ ਮੋਟਾ ਸਾਨੂੰ ਵੀ ਦੇ ਦਿਓ, ਕਿਉਂਕਿ ਇਹ ਬਾਹਲਾ ਡੇਂਜਰ ਲੋਕੇਸ਼ਨ 'ਤੇ ਹੈ, ਈਸਟ ਚਾਈਨਾ ਸੀ ਦੇ ਵਿੱਚ ਹੈ। ਜਪਾਨ ਦਾ ਕਲੇਮ ਤਾਂ ਜਾਇਜ਼ ਵੀ ਹੈ, ਉਹਨਾਂ ਨੇ ਡਿਸਕਵਰ ਕੀਤਾ, ਉਹ ਇਨਸਾਨ ਦੇ ਸੀ, ਉਹ ਵੀ 1895 ਦੇ। ਚੱਕਰ ਕੀ ਪੈਂਦਾ ਉਦੋਂ ਤੁਹਾਨੂੰ ਦੱਸ ਹੀ ਦਿੱਤਾ ਮੈਂ, ਚੱਕਰ ਕੀ ਪੈਂਦਾ ਉਹਨਾਂ ਦਾ ਕੰਟਰੋਲ ਛੁੱਟ ਗਿਆ ਸੈਕਿੰਡ ਵਰਲਡ ਵਾਰ ਦੇ ਟਾਈਮ 'ਤੇ, ਫਿਰ 1972 ਤੱਕ ਜੱਬ ਖੜਾ ਹੋ ਗਿਆ, ਆਜ਼ਾਦ ਹੋ ਗਿਆ, ਇਹ ਜਦੋਂ ਇੱਕ ਬਾਹਰਲੇ ਮੁਲਕ ਹੇਠ ਆ ਗਿਆ। ਤਾਂ ਇੰਨੇ 'ਚ ਬਸ ਚਾਈਨਾ ਐਕਟਿਵ ਹੋ ਗਿਆ, ਉਹ ਕਹਿੰਦੇ ਸਾਡਾ ਵੀ ਹੈ। ਲਓ ਵੀ ਆੜੀ ਆਹ ਖਬਰ ਤਾਂ ਜਮੀ ਕਮਾਲ ਦੀ ਹੈ, ਇਹ ਖਬਰ ਤਾਂ ਤੁਹਾਨੂੰ ਜਮੀ ਪਾਗਲ ਕਰ ਦੂ। ਤੁਹਾਨੂੰ ਦੱਸਦਾ ਕਿਵੇਂ ਮੀਡੀਆ, ਤੁਹਾਨੂੰ ਪਤਾ ਹੈ ਵੀ ਮੀਡੀਆ ਕੀ ਚੀਜ਼ ਹੁੰਦੀ ਹੈ, ਮੀਡੀਆ ਦਾ ਕੰਮ ਹੁੰਦਾ ਲੋਕਾਂ ਦੇ ਸਵਾਲ ਜਵਾਬ ਮੁਸੀਬਤਾਂ ਸਰਕਾਰਾਂ ਤੱਕ ਪਹੁੰਚਾਉਣੀਆਂ, ਆਹ ਕੰਮ ਹੁੰਦਾ ਮੀਡੀਆ ਦਾ, ਵੀ ਲੋਕਾਂ ਦੀਆਂ ਦੁੱਖ ਤਕਲੀਫਾਂ ਸਰਕਾਰਾਂ ਤੱਕ ਪਹੁੰਚਾਉਣੀਆਂ, ਸਰਕਾਰ ਨੂੰ ਪੱਬਾ ਭਾਰ ਰੱਖਣਾ, ਅਤੇ ਆਪਣੇ ਮੁਲਕ ਦੇ ਵਿੱਚ ਸਰਕਾਰਾਂ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣਾ, ਸਰਕਾਰ ਨੂੰ ਲੋਕਾਂ 'ਤੇ ਥੋਪਿਆ ਜਾ ਰਿਹਾ, ਇਹ ਆਪਣੀ ਮੀਡੀਆ ਦਾ ਕੰਮ ਹੈ। ਵੀ ਸਰਕਾਰ ਤਾਂ ਬੜਾ ਕੁਛ ਕਰ ਰਹੀ ਹੈ, ਮੀਡੀਆ ਦੀ ਡੈਫੀਨੇਸ਼ਨ ਹੀ ਚੱਕਤੀ ਆਪਾਂ, ਅਤੇ ਆਪਾਂ ਇਸ ਮੁਲਕ ਤੋਂ ਵੀ ਥੱਲੇ ਹੈ ਜਿਹਨੇ ਸ਼ਰੇਆਮ ਖਬਰ ਆਈ ਹੈ। ਦੱਸਦਾ ਕਿਵੇਂ, ਕਹਿੰਦੇ ਕਿਹੜੀ ਕੰਟਰੀ ਨੇ ਬੈਨ ਲਾ ਤਾ ਵੀ ਮੀਡੀਆ ਦਾ ਕੰਮ ਹੀ ਨਿਬੇੜਦਾ, ਕੋਈ ਰਿਪੋਰਟਿੰਗ ਨਹੀਂ ਕਰਨੀ ਜਿਹੜੀਆਂ ਪਾਰਟੀਆਂ ਦੇ ਵਿੱਚ, ਕੰਮ ਹੀ ਨਿਬੇੜਦਾ ਵੀ ਓਏ ਕਿਹੜਾ ਮੁਲਕ ਹੈ, ਮਾਲੀ ਮੁਲਕ ਹੈ ਅਫਰੀਕਾ ਦਾ, ਅਤੇ ਪਿੱਛੇ ਜੇ ਵਰਲਡ ਪ੍ਰੈਸ ਫਰੀਡਮ ਇੰਡੈਕਸ ਆਇਆ, ਵਰਲਡ ਪ੍ਰੈਸ ਫਰੀਡਮ ਇੰਡੈਕਸ ਦੇ ਵਿੱਚ ਮਾਲੀ ਮੁਲਕ ਦਾ ਰੈਂਕ ਪਤਾ ਕਿੰਨਾ ਆਇਆ, 114। ਸੋਚ ਲਓ ਵੀ ਹਿੰਦੁਸਤਾਨ ਦੇ ਮੀਡੀਆ ਦਾ ਕੀ ਹਾਲ ਹੋਊਗਾ, ਆਪਣਾ ਰੈਂਕ ਲਗਭਗ 160 ਦੇ ਨੇੜੇ। ਵੈਸੇ ਤੁਹਾਨੂੰ ਮੈਂ ਐਗਜੈਕਟ ਤਾਂ ਕਰਵਾਊਂਗਾ ਇੰਡੈਕਸ ਵਾਲੀ ਕਲਾਸ ਦੇ ਵਿੱਚ, ਔਰਗਨਾਈਜੇਸ਼ਨ ਦੀ ਕਲਾਸ ਦੇ ਵਿੱਚ। ਆਹ ਹਾਲਾਤ ਹੈ, ਹਜੇ ਖਬਰ ਆਪਾਂ ਪੜ੍ਹੀ ਜਾਂਦੇ ਹਾਂ ਇਹਨਾਂ ਦੀ, ਆਪਣਾ ਮੀਡੀਆ ਦਾ ਜਮੀ ਕੀ ਹੈ, ਜਮੀ ਜਲੂਸ ਨਿਕਲ ਗਿਆ ਵਾ, ਸੋਚ ਹੀ ਸਕਦੇ ਆਪਾਂ। ਮੀਡੀਆ ਦੀ ਆਪਣੇ ਦੇਸ਼ ਨੇ ਡੈਫੀਨੇਸ਼ਨ ਹੀ ਬਦਲਤੀ ਆ, ਮੀਡੀਆ ਦੀ ਆਪਣੇ ਮੁਲਕ ਨੇ, ਮੀਡੀਆ ਇਜ਼ ਦੀ ਅਪੋਜੀਸ਼ਨ ਆਫ ਦੀ ਗਵਰਨਮੈਂਟ। ਅਤੇ ਆਪਣੇ ਦੇਸ਼ ਮੈਂ ਤੁਹਾਨੂੰ ਕੀ ਕੀ ਸ਼ਬਦ ਬੋਲੀ ਚੱਲ, ਆਪਣੇ ਸੋਚੋ ਲੈ, ਆਪਣੇ ਦੇਸ਼ 'ਚ ਕਹਿੰਦੀ ਗੋਦੀ ਮੀਡੀਆ, ਆਪਣੇ ਤਾਂ ਇਕੱਲਾ ਹੁਣ ਮੀਡੀਆ ਲਿਖਣੀ ਹੁਣ ਆਉਣੋਂ ਹਟ ਗਿਆ, ਕਿੰਨਾ ਹਰ ਚੈਨਲ 'ਤੇ ਸ਼ਰੇਆਮ ਕਹਿੰਦੇ ਆ, ਮਤਲਬ ਵਿਰੋਧੀ ਪਾਰਟੀ ਵਾਲੇ ਵੀ ਹੁਣ ਤਾਂ ਸ਼ਰੇਆਮ ਕਹਿੰਦੇ ਆ ਗੋਦੀ ਮੀਡੀਆ, ਮੂੰਹ 'ਤੇ ਬੇਇੱਜ਼ਤੀ ਕਰਨ ਲੱਗ ਗਏ, ਮੂੰਹ 'ਤੇ ਬੇਇੱਜ਼ਤੀ ਕਰਨ ਲੱਗ ਗਏ ਓਏ ਇਹਨਾਂ ਦੀ ਓਏ। ਇਹ ਯਾਦ ਰੱਖਣਾ ਮਾਲੀ ਵਿੱਚੋਂ ਮੁਲਕ ਹੈ, ਇਹ ਲੈਂਡ ਲੋਕਡ ਮੁਲਕ ਹੈ, ਯਾਦ ਰੱਖੀ ਹੁੰਦੀ ਇਹੋ ਜਿਹੇ ਪੁਆਇੰਟ, ਕਿੱਥੇ ਦਾ ਮੁਲਕ ਹੈ, ਇਹ ਵੈਸਟ ਅਫਰੀਕਾ ਦੇ ਵਿੱਚ ਹੈ, ਕਿਉਂਕਿ ਆਪਾਂ ਵੈਸਟ ਅਫਰੀਕਾ ਦੇ ਕਾਫੀ ਮੁਲਕ ਆਪਾਂ ਦੇਖ ਰਹੇ ਹਾਂ, ਆਹ ਵੈਸਟ ਅਫਰੀਕਾ ਆ ਗਿਆ, ਜਿਵੇਂ ਸਾਊਥ ਅਫਰੀਕਾ ਆ ਗਿਆ, ਈਸਟ ਅਫਰੀਕਾ, ਜਿਵੇਂ ਕੱਲ੍ਹ ਦੀ ਕਲਾਸ 'ਚ ਆਪਾਂ ਦੇਖਿਆ ਸੀ ਮੈਡਾਗਾਸਕਰ ਆਈਲੈਂਡ ਹੈ, ਇਹ ਚੀਜ਼ਾਂ ਦਿਮਾਗ ਦੇ ਵਿੱਚ ਆਉਣ ਲੱਗਣੀਆਂ, ਤਾਂ ਮੈਪ ਦੇਖੋ ਦਿਮਾਗ 'ਚ ਕਿਵੇਂ ਬਹਿੰਦਾ। ਜਿਵੇਂ ਹੁਣ ਇੱਥੇ ਆਪਾਂ ਦੇਖਿਆ ਸੀ ਰੈੱਡ ਸੀ, ਇੱਥੇ ਰੈੱਡ ਸੀ ਹੈ, ਇੱਥੇ ਬਾਬਲ ਮੰਡੀ ਸਟਰੇਟ ਆ ਗਈ, ਇੱਧਰ ਮਾੜਾ ਜਿਹਾ ਗਾਹਾਂ ਜਾ ਗਿਆ ਆਪਾਂ UAE, ਓਮਾਨ, ਇਰਾਨ ਆ ਗਿਆ, ਇੱਥੇ ਆਪਣਾ ਪਰਸ਼ੀਅਨ ਗਲਫ ਆ ਗਿਆ, ਇੱਥੇ ਹੋਰਮਜ ਸਟਰੇਟ ਆ ਗਈ, ਇਹ ਚੀਜ਼ਾਂ ਦਿਮਾਗ 'ਚ ਬੈਠਣਗੀਆਂ ਜੇ ਕਲਾਸ ਸੀਰੀਅਸ ਤਰੀਕੇ ਨਾਲ ਲਾਓ। ਐਂ ਨਹੀਂ ਵੀ ਮਤਲਬ ਲੇਟੇ ਪਏ ਹੋ ਜਾਂ ਉਸ ਖਾਈ ਪੀ ਜਾਂਦੇ ਨਾਲ ਕਲਾਸ ਆਨ ਕਰੀ ਬੈਠੇ ਹੋ, ਪ੍ਰੈਪਰੇਸ਼ਨ ਕਦੇ ਵੀ ਕੰਪੀਟੀਸ਼ਨ ਦੀ ਐਂ ਨਹੀਂ ਹੁੰਦੀ ਹੁੰਦੀ। ਇਹ ਲੈਂਡ ਲੋਕਡ ਭਾਈ ਨੇਸ਼ਨ ਹੈ, ਬਾਕੀ ਤੁਸੀਂ ਛੱਡ ਸਕਦੇ ਹੋ, ਚੱਕਰ ਵਾਲੀ ਗੱਲ ਨਹੀਂ। ਜਿਵੇਂ ਫੋਰ ਐਗਜ਼ਾਮਪਲ ਹੁਣ ਆਹ ਮੁਲਕ ਹੈ, ਲੈਂਡ ਲੋਕਡ ਮਤਲਬ ਕੀ ਹੈ ਵੀ ਇਹ ਆਸੇ ਪਾਸੇ ਮੁਲਕ ਹੀ ਮੁਲਕ ਹੈ, ਜਿਵੇਂ ਅਲਜੀਰੀਆ ਨੇ ਕੇ ਰੱਖਿਆ, ਨਾਈਜ਼ਰ ਨੇ, ਬੁਰਕੀਨਾ ਫਾਸੋ, ਜਦ ਪਿਛਲੇ ਮਹੀਨੇ ਆਪਾਂ ਬੁਰਕੀ ਫਸਾਈ ਸੀ ਇਹਨਾਂ ਦੀ ਵੀ, ਆ ਆਈਵਰੀ ਆ ਗਿਆ, ਕੋਚ ਡੀ ਐਵਰੀ, ਗੁਇਨੀਆ ਆ ਗਿਆ, ਸੈਨੀਗਲ ਆ ਗਿਆ, ਮਾਰੀਸ਼ੀਅਨ ਆ ਗਿਆ। ਸੋ ਪਤਾ ਤਾਂ ਲੱਗਦਾ ਹੀ ਹੈ ਨਾ ਆਪਾਂ ਨੂੰ ਵੀ ਇਹ ਸਾਰੇ ਮੁਲਕ ਇਹਦਾ ਮਤਲਬ ਇੱਧਰਲੇ ਪਾਸੇ ਹੋਣਗੇ, ਪੜ੍ਹ ਕੇ ਘੱਟੋ ਘੱਟ ਇੰਨਾ ਤਾਂ ਪਤਾ ਲੱਗਦਾ ਵੀ ਜਦੋਂ ਮਾਲੀ ਬੈਸਟ ਅਫਰੀਕਾ 'ਚ ਹੈ ਤਾਂ ਆਸੇ ਪਾਸੇ ਕਿਹੜੇ ਮੁਲਕ ਆ ਉਹਦੇ, ਸਮਝ ਗਏ? ਨਹੀਂ ਫਿਰ ਭਾਈ ਮਾਲੀ ਲੱਗੋਗੇ, ਹੋਰ ਕੀ ਹੈ ਜੇ ਨਹੀਂ ਆ ਕਰੋਗੇ ਤਾਂ। ਇਹਦੀ ਰਾਜਧਾਨੀ ਵੀ ਯਾਦ ਕਰ ਲਓ, ਅੱਜ ਆਪਾਂ ਦੋ ਰਾਜਧਾਨੀਆਂ ਵੀ ਦੇਖੀਆਂ, ਜਿਵੇਂ ਐਕੁਆਡੋਰ ਦੀ ਬੱਚੋ ਕੈਪੀਟਲ ਦਾ ਕੀ ਨਾਮ ਹੈ,
ਭੁੱਲ ਗਏ, ਬਟ ਆਪਸ਼ਨ ਦਿੱਤੇ ਹੋਣ ਯਾਦ ਕਰ ਲਓਗੇ, ਕੁਇਟੋ। ਤਾਂ ਉੱਥੇ ਬੱਚੋ ਆਪਣੇ ਮਾਲੀ ਦੀ ਰਾਜਧਾਨੀ ਦਾ ਕੀ ਨਾਮ ਹੈ? ਬਮਾਕੋ। ਕੁਇਟੋ ਬਮਾਕੋ, ਕੁਇਟੋ ਬਮਾਕੋ। ਲੈ ਅਫਰੀਕਾ ਦਾ ਇੱਕ ਮੁਲਕ ਹੋਰ ਆ ਗਿਆ, ਸੀਰਾਲਿਓਨੀ। ਸੀਰਾਲਿਓਨੀ ਇਹ ਮੁਲਕ ਦੇ ਵਿੱਚ ਉਹ ਕਾਰਨਾਮਾ ਹੋ ਗਿਆ ਜਿਹੜਾ ਪੰਜਾਬ ਦੇ ਵਿੱਚ ਆਪਾਂ ਪਿਛਲੇ 7-8 ਸਾਲਾਂ ਤੋਂ ਦੇਖਣ ਨੂੰ ਮਿਲ ਰਿਹਾ, ਨਸ਼ੇ ਦਾ ਗੜ੍ਹ ਬਣ ਗਿਆ ਪੰਜਾਬ ਨੂੰ। ਕਿੰਨਾ ਜ਼ਿਆਦਾ ਡੈਂਟ ਪਿਆ, ਕਿਵੇਂ ਆਪਣੇ ਨੌਜਵਾਨ 15 ਸਾਲ ਦੀ ਉਮਰ ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਝਾੜੀਆਂ 'ਚ ਪਏ ਮਿਲਦੇ ਹੈ, ਚਿੱਟਾ 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 ਹੋਈ ਪਈ ਹੈ, ਬਟ ਕਿਸੇ ਸਰਕਾਰ ਨੇ ਕੋਈ ਠੋਸ ਕਦਮ ਲਿਆ ਹੀ ਨਹੀਂ। ਇਹਨਾਂ ਨੇ ਲੈ ਲਿਆ, ਕਿਉਂਕਿ ਇਸ ਮੁਲਕ ਦੇ ਵਿੱਚ ਤਬਾਹੀ ਮੱਚ ਗਈ, ਤਾਂ ਇੱਥੋਂ ਦੇ ਰਾਸ਼ਟਰਪਤੀ ਨੇ ਨੈਸ਼ਨਲ ਐਮਰਜੈਂਸੀ ਲਾ ਤੀ। ਉੱਥੇ ਨਸ਼ਾ ਆ ਗਿਆ, ਕੁਛ ਇੱਕ ਸਿੰਥੈਟਿਕ ਜਿਹਾ ਡਰੱਗ ਹੈ, ਉੱਥੇ ਲੋਕਾਂ ਡਿੱਗਦੇ ਹੀ ਫਿਰਦੇ ਆ। ਬਸ ਜਿਵੇਂ ਆਪਾਂ ਕਿੰਨੀਆਂ ਵੀਡੀਓ ਦੇਖਦੇ ਚਿੱਟੇ ਵਾਲੀਆਂ, ਤਾਂ ਉੱਥੋਂ ਹੀ ਸਰਕਾਰ ਇੰਨੀ ਪੱਬਾਂ ਭਰ ਹੋ ਗਈ, ਉਹ ਕਹਿੰਦੇ ਸਾਰਾ ਮੁਲਕ ਮੈਂਟਲ ਹੋ ਗਿਆ, ਸਾਰਾ ਕੰਮ ਕਾਰ ਠੱਪ ਹੋ ਗਿਆ, ਸਾਰੀ ਨੌਜਵਾਨੀ ਆਪਣੀ ਰੁਲ ਗਈ, ਵੀ ਮੁਲਕ ਦਾ ਪਹਿਲੀ ਨੰਗ ਹੈ ਆਪਾਂ। ਉੱਤੋਂ ਆ ਸਿੰਥੈਟਿਕ ਡਰੱਗ ਜਿਹੜਾ ਆਪਣੇ ਜਮ੍ਹਾਂ ਤਬਾਹੀ ਮਚਾਈ ਜਾਂਦਾ, ਉਹਦੇ ਕਰਕੇ ਇਹਨਾਂ ਨੇ ਲਾਤੀ ਬੱਚੋ ਨੈਸ਼ਨਲ ਐਮਰਜੈਂਸੀ। ਐਮਰਜੈਂਸੀ ਲਾਉਣ ਦਾ ਮਤਲਬ ਬਹੁਤ ਵਾਰ ਪਹਿਲਾਂ ਦੱਸਿਆ, ਬੱਚਾ ਸੋਚਦਾ ਵੀ ਕੀ ਹੋ ਜੂ ਇਹਦੇ ਨਾਲ। ਐਮਰਜੈਂਸੀ ਲਾਉਣ ਦਾ ਮਤਲਬ ਹੁੰਦਾ ਵੀ ਪਹਿਲਾਂ ਸਾਰਾ ਸਰਕਾਰ ਦਾ ਤੰਤਰ ਹੁਣ ਉਸ ਮੁੱਦੇ 'ਤੇ ਕੰਮ ਕਰੂਗਾ, ਬਾਕੀ ਸਾਰੇ ਕੰਮ ਕਾਰ, ਕੋਈ ਫੰਡ ਜਾਰੀ ਕਰਨਾ, ਸਭ ਕੁਛ ਬੰਦ ਹੋਊਗਾ। ਵੀ ਪਹਿਲਾਂ ਇਹਨੂੰ ਇਹਦਾ ਕੋੜ ਵੱਢੋ, ਪਹਿਲਾਂ ਇਹਨੂੰ ਜੜੋ ਪੱਟੋ, ਬਸ ਜਿਸ ਮੁੱਦੇ 'ਤੇ ਆਪਾਂ ਐਮਰਜੈਂਸੀ ਲਾਉਣੀ ਹੈ। ਸੋ ਤਾਂ ਕਰਕੇ ਮੁਲਕ ਬੱਚੋ ਖਬਰਾਂ ਦੇ ਵਿੱਚ ਹੈ। ਆਹ ਦੇਖੋ ਲੈ, ਹੁਣ ਇਹ ਮੁਲਕੀ ਵਿੱਚ ਵੈਸਟ ਅਫਰੀਕਾ ਤਾਂ, ਪਰ ਇਹ ਲੈਂਡ ਲੋਕਡ ਕੰਟਰੀ ਨਹੀਂ, ਕਿਉਂਕਿ ਇਹ ਖੁੱਲ੍ਹਦਾ ਕਿੱਥੇ ਹੈ? ਅਟਲਾਂਟਿਕ ਓਸ਼ੀਅਨ 'ਤੇ। ਇਹ ਅਟਲਾਂਟਿਕ ਓਸ਼ੀਅਨ ਦੇ ਨਾਲ ਲੱਗਦਾ, ਜਿਵੇਂ ਮੰਨ ਲਓ ਨਾ ਆਹ ਆਪਣਾ ਅਫਰੀਕਾ, ਇੱਧਰਲੇ ਪਾਸੇ ਤਾਂ ਮੈਡਾਗਾਸਕਰ ਆਪਣਾ ਇੰਡੀਅਨ ਓਸ਼ਨ ਪੜ੍ਹਦੇ ਹੁੰਦੇ ਹਾਂ ਆਪਾਂ, ਇੱਧਰਲੇ ਪਾਸੇ ਅਟਲਾਂਟਿਕ ਓਸ਼ਨ ਪੜ੍ਹਦੇ ਹੁੰਦੇ ਹਾਂ। ਕਹਿੰਦੇ ਵੀ ਜਿਹੜਾ ਮੁਲਕ ਸੀਗਾ ਨਾ ਇਹ ਕਹਿੰਦੇ ਫਰਾਂਸ, ਜਿਵੇਂ ਆਪਣਾ ਇੰਡੀਆ ਇੰਗਲਿਸ਼ ਕਲੋਨੀ ਕਹਿ ਲਓ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਆਪਾਂ ਵਪਾਰ ਕਰਨ ਆਏ ਸੀ, ਆਪਾਂ ਯੂਕੇ ਦਾ ਹਿੱਸਾ ਬਣ ਗਏ ਸੀ, ਇਹ ਕਹਿੰਦੇ ਫਰੈਂਚ ਕਲੋਨੀ ਰਿਹਾ, ਫਿਰ ਕਹਿੰਦੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਜ਼ਾਦ ਹੋ ਗਿਆ। ਸੋ ਲੱਗਦਾ ਨਹੀਂ ਵੀ ਮੈਂ ਹਿਸਟਰੀ ਵਿੱਚ ਦੱਸਦਾ ਹੁੰਦਾ ਵੀ ਗੋਰਿਆਂ ਦਾ ਸੈਕਿੰਡ ਵਰਲਡ ਵਾਰ 'ਚ ਡਾਟ ਨਿਕਲਿਆ ਵੀ ਦੁਨੀਆ ਵਾਸਤੇ ਆਜ਼ਾਦੀ ਦੇ ਦਰਵਾਜ਼ੇ ਖੁੱਲ੍ਹ ਗਏ। ਇਹ ਫਰੈਂਚ ਕਲੋਨੀ ਨਹੀਂ, ਇਹ ਵੀ ਬ੍ਰਿਟਿਸ਼ ਕਲੋਨੀ ਸੀ। ਅਤੇ ਕੁੱਲ ਮਿਲਾ ਕੇ ਬੱਚਾ ਆਪਾਂ ਨੂੰ ਪੁੱਛਿਆ ਕਰੈਕਟ, ਅਤੇ ਕਰੈਕਟ ਤਾਂ ਇਕੱਲਾ ਸਿਰਫ ਇਹੀ ਆ, ਵਨ ਓਨਲੀ, ਯਾਦ ਰੱਖਣਾ। ਸੀਰਾਲਿਓਨੀ ਦਾ ਬੱਚੋ ਪ੍ਰੈਜ਼ੀਡੈਂਟ ਹੈ, ਉਹਨੇ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈ ਵੀ ਕਰੈਕ ਡਾਊਨ ਕਰ ਦਿਓ, ਚੱਕ ਦਿਓ, ਕਹਿੰਦੇ ਸਰਕਾਰ ਨੂੰ ਕਿਹਾ। ਆਹ ਦੇਖੋ ਬੜਾ ਸਸਤਾ ਸੜਿਆ ਅਤੇ ਚੀਪ ਡੈਡਲੀ ਸਿੰਥੈਟਿਕ ਡਰੱਗ ਜਿਹਦਾ ਨਾਮ ਕੀ ਹੈ? ਕੁਸ਼। ਉਹਦੇ ਕੁਛ ਹੋਈ ਪਈ ਹੈ, ਜੇ ਆਪਣੀ ਚਿੱਟਾ 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 ਹੋਈ ਪਈ ਹੈ, ਐਂ ਯਾਦ ਕਰ ਲਿਓ ਤੁਸੀਂ, ਸਮਝ ਗਏ ਮੇਰੀ ਗੱਲ? ਸੀਰਾਲਿਓਨੀ ਆਪਾਂ ਦੇਖ ਹੀ ਲਿਆ ਬੱਚੋ, ਇਹ ਟ੍ਰੋਪੀਕਲ ਕੰਟਰੀ ਹੈ ਆਪਣੀ ਵੈਸਟ ਅਫਰੀਕਾ ਦੀ ਹੈ, ਅਟਲਾਂਟਿਕ ਕੋਸਟ ਖੋਲਦੀ ਹੈ, ਜਿਹਦੇ ਕਰਕੇ ਆਪਾਂ ਇਹਦੀਆਂ ਕੁਛ ਨਦੀਆਂ ਵੀ ਪੜ੍ਹਦੇ ਲਿਖਦੇ ਹਾਂ ਵੀ ਇਹ ਨਦੀਆਂ ਵਗਦੀਆਂ ਇੱਥੋਂ ਦੀ, ਫਿਰ ਰੋਕੇਲ ਰਿਵਰ, ਤਾਈ ਰਿਵਰ, ਮੋਈ ਰਿਵਰ, ਸੇਵਾ ਰਿਵਰ। ਵੈਸੇ ਅਗੇਨ ਸੋਚਦੇ ਹੋਵੋ, ਯਾਦ ਨਾ ਕਰੋ, ਵੈਸੇ ਕੋਈ ਗੱਲ ਨਹੀਂ, ਪੜ੍ਹੋ, ਤੁਹਾਨੂੰ PDF ਸਾਰੀ ਪ੍ਰੋਪਰ ਵਧੀਆ ਤਰੀਕੇ ਨਾਲ ਮਿਲਦੀ ਹੈ, ਵਧੀਆ 3-4 ਪੇਜ ਦੀ PDF ਮਿਲ ਜਾਂਦੀ ਹੈ, ਵਧੀਆ ਉਹਨੂੰ ਸੇਵ ਕਰਦੇ ਜਾਇਆ ਕਰੋ, ਡਾਊਨਲੋਡ ਕਰਦੇ ਜਾਇਆ ਕਰੋ, ਐਂਡ ਤੁਹਾਨੂੰ ਮੰਥਲੀ ਮੈਗਜ਼ੀਨ ਸਾਰਾ ਇਕੱਠਾ ਮੈਂ ਪ੍ਰੋਵਾਈਡ ਕਰਵਾਊਂਗਾ, ਤਾਂ ਉਹ ਚੀਜ਼ਾਂ ਉਦੋਂ ਦਿਮਾਗ 'ਚ ਬੈਠਣਗੀਆਂ ਜੋ 5-7 ਵਜੇ ਪੜ੍ਹਾਂਗੇ ਆਪਾਂ, ਠੀਕ ਹੈ? ਅਤੇ ਇਹਦਾ ਬਾਰਡਰ ਲੱਗਦਾ ਭਾਈ ਗੁਇਨੀਆ ਦੇ ਨਾਲ, ਦੂਜਾ ਪਾਸੇ ਲੱਗਦਾ ਲਾਈਬੇਰੀਆ ਦੇ ਨਾਲ, ਅਤੇ ਆਸ ਨੂੰ ਮੈਂ ਦੱਸ ਹੀ ਦਿੱਤਾ, ਇਹਦਾ ਮੂੰਹ ਖੁੱਲ੍ਹਦਾ ਫਿਰ ਭਾਈ ਅਟਲਾਂਟਿਕ ਓਸ਼ੀਅਨ ਵੱਲ। ਅਤੇ ਆਜ ਤੁਹਾਨੂੰ ਦੱਸਦਾ ਮੈਂ ਵੀ 1787 ਦੇ ਵਿੱਚ ਬੱਚੋ ਇੱਥੇ ਫਿਰ ਗੁਲਾਮੀ ਸ਼ੁਰੂ ਹੋ ਗਈ ਸੀ ਇਸ ਮੁਲਕ ਦੀ, ਕਿੰਨਾ ਵੱਲੋਂ? ਇੰਗਲੈਂਡ ਵਾਲਿਆਂ ਵੱਲੋਂ। 1808 'ਤੇ ਫਿਰ ਇੱਕ ਜਿਵੇਂ ਆਪਣੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਆਫਿਸ਼ਲੀ ਰਾਜ ਚੱਲ ਪਿਆ ਸੀ, ਉਵੇਂ ਉੱਥੇ ਮਤਲਬ ਪ੍ਰਾਈਵੇਟ ਸੀਰਾਲਿਓਨੀ ਕੰਪਨੀ ਨੇ ਰਾਜ ਸ਼ੁਰੂ ਕਰਤਾ ਸੀ ਫਿਰ ਭਾਈ, ਜਦੋਂ ਉਹਨਾਂ ਨੇ ਮਤਲਬ ਕਲੋਨੀ ਬਣਾਏ।
ਕਹਿਣ ਦਾ ਮਤਲਬ ਸਿੰਪਲ ਆ ਯਾਰ, ਵੀ 1961 ਦੇ ਵਿੱਚ ਜੇ ਆਪਾਂ 47 'ਚ ਹੋਈ ਹੈ, 61 ਸੀਰਾ ਲਿਓਨੀ ਵਿੱਚੋਂ ਆਜ਼ਾਦ ਹੋ ਗਿਆ ਆਪਣਾ UK ਤੋਂ, ਉੱਥੇ ਅੰਗਰੇਜ਼ੀ ਭਾਸ਼ਾ ਚੱਲਦੀ ਹੈ, ਅਤੇ ਕਰੀਓ ਆਹ ਯਾਦ ਰੱਖ ਸਕਦੇ ਹੋ, ਕਰੀਓ ਭਾਸ਼ਾ ਬਹੁਤ ਜ਼ਿਆਦਾ ਇੱਥੋਂ ਲੋਕਲ ਭਾਸ਼ਾ ਹੋ ਗਈ। ਹੁਣ ਜਿਵੇਂ ਆਪਣੇ ਦੇਸ਼ 'ਚ ਹਿੰਦੀ ਵੀ ਚੱਲਦੀ ਹੈ, ਅੰਗਰੇਜ਼ੀ ਵੀ ਚੱਲਦੀ ਹੈ, ਬਟ ਆਪਣੀ ਲੋਕਲ ਭਾਸ਼ਾ ਇਕੱਲੇ ਪੰਜਾਬ ਦੀ ਦੇਖੀ ਤਾਂ ਪੰਜਾਬੀ ਹੈ, ਇਹ ਐਂ ਯਾਦ ਰੱਖ ਸਕਦੇ ਹੋ। ਕੈਪੀਟਲ ਇੱਕ ਹੋਰ ਆ ਗਈ ਬੱਚੋ, ਅੱਜ ਆਪਾਂ 3-3 ਕੈਪੀਟਲਾਂ ਦੇਖੀਆਂ, ਕੁਇਟੋ ਦੇਖੀ ਹੈ, ਬਮਾਕੋ ਦੇਖੀ ਹੈ, ਅਤੇ ਇੱਕ ਹੋਰ ਦੇਖੋ ਬਾਲੀ ਘੈਂਟ ਆ ਫਰੀ ਟਾਊਨ, ਕਿਉਂਕਿ ਇਹ ਕਮਰਸ਼ੀਅਲ ਹੱਬ ਵੀ ਹੈ। ਮੈਂ ਤੁਹਾਨੂੰ ਕੀ ਦੱਸਣਾ ਵਾਰੀ ਵਾਰੀ, ਇਹ ਅਟਲਾਂਟਿਕ ਓਸ਼ੀਅਨ ਦੇ ਨਾਲ ਲੱਗਦਾ, ਜਿਵੇਂ ਪੋਰਟ ਆਫ ਬਾਲਟੀਮੋਰ ਦੇਖਿਆ, ਬਹੁਤ ਮੇਨ ਪੁਆਇੰਟ ਹੁੰਦਾ, ਉਹ ਵੀ ਵਪਾਰ ਦਾ ਗੜ੍ਹ ਹੁੰਦਾ ਪੋਰਟ ਸਿਟੀ, ਅਤੇ ਕੁੱਲ ਮਿਲਾ ਕੇ ਇਹ ਵੀ ਬੱਚੋ ਆਪਣਾ ਵਰਲਡ ਦਾ ਲਾਰਜੈਸਟ ਨੈਚੁਰਲ ਹਾਰਬਰ ਹੈ, ਮਤਲਬ ਉੱਥੇ ਨੈਚੁਰਲ ਸਮੁੰਦਰੀ ਤੱਟ ਹੈ, ਇੱਥੇ ਵਧੀਆ ਕੰਮ ਕਾਰ ਚੱਲਦਾ ਇਹਨਾਂ ਦਾ, ਸੋ ਮੁਲਕ ਚੰਗਾ। ਮੈਨੂੰ ਲੱਗਦੀ ਵੀ ਆਈ ਉੱਥੋਂ ਦੀ ਹੋਊਗਾ, ਕੁਛ ਕੁਛ ਜਿਹੜਾ ਕਰੀ ਜਾਂਦੇ ਨਾ, ਇਹ ਸਿੰਥੈਟਿਕ ਡਰੱਗ ਉੱਥੋਂ ਦੀ ਹੈ ਬਣੀ ਪਈ। ਹੁਣ ਭਾਅ ਜੀ ਵਿਚਾਰੇ ਟਾਊਨ ਫਰੀ ਹੈ, ਹੁਣ ਗੁਲਾਮ ਹੋ ਜੂ, ਬਸ ਇੱਥੋਂ ਨਸ਼ਾ ਜੇ ਲਓ ਵੀ। ਐਟਾਕਾਮਾ ਡੈਜ਼ਰਟ ਦੀ ਖਬਰ ਬਹੁਤ ਹੀ ਧਮਾਕੇਦਾਰ, ਆਪਣੀ ਖਬਰ ਵੀ ਸੀ ਥਾਰ ਡੈਜ਼ਰਟ ਵਾਲੀ, ਹੁਣ ਤੁਸੀਂ ਕਹੋਗੇ ਵੀ ਕਿਤੇ ਵੀ ਨਾ ਗ੍ਰੀਨ ਹੋ ਜੇ, ਕਿਉਂਕਿ ਐਟਾਕਾਮਾ ਡੈਜ਼ਰਟ ਯਾਦ ਰੱਖੋ ਇਹ ਵਰਲਡ ਦੀ ਸਭ ਤੋਂ ਡਰਾਈਐਸਟ ਪਲੇਸ ਹੈ। ਮੀਂਹ ਤਾਂ ਇੱਥੇ ਲੋਕਾਂ ਨੇ ਮਤਲਬ ਇਸ ਡੈਜ਼ਰਟ 'ਤੇ ਨਾ ਮਾਤਰ ਹੀ ਹੈ, ਅੱਧਾ ਡੈਜ਼ਰਟ ਤੋਂ ਅੱਧੇ ਜ਼ਿਆਦਾ ਹੈ ਜਿੱਥੇ ਉਹਨਾਂ ਨੇ ਲੋਕਾਂ ਨੇ ਮਤਲਬ ਲੋਕਾਂ ਨੂੰ ਨਿਕਲਣਾ, ਡੈਜ਼ਰਟ ਨੇ ਮੀਂਹ ਨਹੀਂ ਦੇਖਿਆ, ਮੁੱਕਦੀ ਗੱਲ ਹੀ ਨਹੀਂ ਵਿੜੋ, ਇੰਨੀ ਡਰਾਈ ਪਲੇਸ ਹੈ ਜਿਹਦੇ ਕੋਲ ਸਾਫ਼ ਬਾਹਲੀ ਹੈ। ਉੱਥੋਂ ਤਾਂ ਆਸਮਾਨ ਐਂ ਦਿੰਦਾ ਵੀ ਰਾਹ ਕੀ ਹੋਵੇ, ਮੈਨੂੰ ਤਾਂ ਲੱਗਦਾ ਵੀ ਕੋਈ ਸਾਰੇ ਪਲੈਨਟ ਹੀ ਦਿਸੀ ਜਾਂਦੇ ਹੈ। ਤਾਂ ਹੀ ਇਸ ਡੈਜ਼ਰਟ ਨੂੰ ਵਰਤਿਆ ਜਾਂਦਾ ਹੈ ਵੱਡੀਆਂ ਵੱਡੀਆਂ ਏਜੰਸੀਆਂ ਵੱਲੋਂ, ਵੱਡੇ ਵੱਡੇ ਟੈਲੀਸਕੋਪ ਲਾਏ ਜਾਂਦੇ ਆ, ਕੋਈ ਪੋਲਿਊਸ਼ਨ ਆ, ਮਤਲਬ ਦਿਨ ਰਾਤ ਦਾ ਫਰਕ ਹੈ। ਆਪਾਂ ਆਪਦਾ ਘਰੋਂ ਆਸਮਾਨ ਦੇਖੀਏ ਤਾਂ ਐਟਾਕਾਮਾ ਡੈਜ਼ਰਟ ਤੋਂ ਆਸਮਾਨ ਦੇਖੀਏ। ਹੁਣ ਖਬਰ 'ਤੇ ਆਉਂਦਾ, ਖਬਰ ਕੀ ਹੈ? ਪਹਿਲੀ ਗੱਲ ਤਾਂ ਡਰਾਈਐਸਟ ਡੈਜ਼ਰਟ ਹੈ, ਤੁਹਾਡੇ ਪੇਪਰ ਵਾਲੇ ਇੱਥੇ ਮੂੰਹ 'ਚੋਂ ਪਾਣੀ ਲਿਆ ਦੇਣਾ ਵੀ ਹਾਂ ਗੱਲ ਪੱਕੀ ਆ ਹੋਵੇ, ਬਟ ਆਹ ਗੌਰ ਨਾਲ ਪੜ੍ਹ ਲਿਓ। ਇਹ ਕਹਿੰਦੇ ਪੇਰੂ ਦੇ ਵਿੱਚ ਹੈ, ਪੇਰੂ ਇਸਨੂੰ ਪਤਾ ਇਹ ਸਾਊਥ ਅਮੈਰੀਕਾ ਦੇ ਵਿੱਚ ਡੈਜ਼ਰਟ, ਪਹਿਲੀ ਗੱਲ ਤਾਂ ਬੱਚੋ ਸਾਊਥ ਅਮੈਰੀਕਾ ਦੇ ਮੁਲਕ ਜਿਵੇਂ ਬ੍ਰਾਜ਼ੀਲ ਹੈ, ਅਰਜਨਟੀਨਾ, ਪੇਰੂ ਹੈ, ਕੋਲੰਬੀਆ, ਬੋਲੀਵੀਆ, ਐਕੁਆਡੋਰ, ਵੈਨੀਜੁਐਲਾ, ਇਹ ਸਾਰੇ ਮੁਲਕ, ਐਕੁਆਡੋਰ ਅੱਜ ਹੀ ਪੜ੍ਹਿਆ ਆਪਾਂ, ਇਹ ਸਾਊਥ ਅਮੈਰੀਕਾ ਦੇ ਮੁਲਕ ਆ ਸਾਰੇ, ਸਾਊਥ ਅਮੈਰੀਕਾ ਦੇ। ਪਰ ਇਹ ਗਲਤ ਆ ਬੱਚੋ, ਕਿਉਂਕਿ ਇਹ ਡੈਜ਼ਰਟ ਮੇਨ ਆਪਣਾ ਚਿਲੀ ਦੇ ਵਿੱਚ ਹੈ, ਚਿਲੀ ਚਾਈਲ, ਚਿਲੀ ਲਾਲ ਮਿਰਚੀ, ਇਹਦੀ ਇਸ ਮੁਲਕ ਦੀ ਨਾ ਸ਼ੇਪ ਵੀ ਸੱਚੀ ਲਾਲ ਮਿਰਚੀ ਵਰਗੀ ਹੈ, ਉੱਥੇ ਨਾਂ ਪੈ ਗਿਆ ਹੁਮਨ ਲਈ ਚਿਲੀ ਪੈ ਗਿਆ, ਲਾਲ ਮਿਰਚੀ ਹੈ। ਹਾਂ ਹੈ ਕਿੱਥੇ ਇਹ? ਕਿਉਂਕਿ ਇੱਕ ਪਾਸੇ ਬੱਚੋ ਜਿਵੇਂ ਆਹ ਇੱਕ ਪਾਸੇ ਦੇ ਐਂਡੀਸ ਮਾਊਂਟੇਨ ਹੈ, ਦੂਜੇ ਪਾਸੇ ਦੇ ਪੈਸੇਫਿਕ ਓਸ਼ੀਅਨ ਹੈ, ਸੋ ਈਜੀ। ਤਾਂ ਹੀ ਇੱਥੇ ਮੀਂਹ ਨਹੀਂ ਪੈਂਦਾ, ਬੁਰੇ ਹਾਲ ਆ, ਬਲੌਕ ਕੀਤਾ ਪਿਆ, ਆਹ ਪੁਆਇੰਟ ਜਮਾਂ ਸਹੀ ਹੈ। ਅਤੇ ਆਪਾਂ ਨੂੰ ਬੱਚੋ ਪੁੱਛਿਆ ਕਰੈਕਟ, ਤਾਂ ਆਨਸਰ ਆ ਗਿਆ ਬੀ, ਟੂ ਆਨ ਲਈ। ਹੁਣ ਦੇਖੋ ਖਬਰਾਂ 'ਚ ਕਿਉਂ ਹੈ, ਕਿਉਂਕਿ ਕਿਤੇ ਮਤਲਬ ਕਿਹਾ ਨਾ ਕਿਤੇ ਵੀ ਨਾ ਗ੍ਰੀਨ ਹੋ ਜੇ, ਪਹਿਲੀ ਵਾਰ ਇੰਨੀ ਡਰਾਈ। ਤਾਂ 13 ਫੁੱਟ ਥੱਲਿਓਂ ਰਿਸਰਚਰਸ ਨੇ ਬੱਚੋ ਕੁਛ ਮਾਈਕਰੋਬਸ ਲੱਭੇ ਹੈ, ਮਾਈਕਰੋ ਔਰਗੈਨਿਜ਼ਮਸ ਮਿਲੇ ਆ ਇੱਥੋਂ ਵੀ। ਹੁਣ ਦੇਖੋ ਅਗਲੀਆਂ ਰਿਸਰਚਾਂ ਕਿਹੋ ਜਿਹੀਆਂ ਹੋਣਗੀਆਂ, ਲੈ ਵੀ ਅੜੀ ਇੱਥੇ ਵੀ ਕਦੇ ਹੋਰ ਨਾ ਹੋ ਜਿਹੜੇ ਫੁੱਲ ਬੂਟੇ ਨਿਕਲੇ ਆਉਣ। ਕਹਿੰਦੇ ਰਿਸਰਚਰਸ ਰੀਸੈਂਟਲੀ ਫਾਊਂਡ ਮਾਈਕਰੋ, ਬਹੁਤ ਹੀ ਮਾਈਕਰੋ ਮਾਈਨਿਊਟ ਮਾਈਕਰੋ ਔਰਗੈਨਿਜ਼ਮ ਨੂੰ ਕਹਿ ਦਿੰਦੇ ਆਪਾਂ, 13 ਫੁੱਟ ਥੱਲਿਓਂ ਮਿਲੇ ਆ ਉਹ ਵੀ। ਕਿਆ ਕੁਦਰਤ ਹੈ, ਇੱਥੋਂ ਪਤਾ ਲੱਗਦਾ ਹੈ ਵੀ ਡਿਸਕਵਰੀ ਹੋ ਗਈ ਇਸ ਲਾਈਫ ਵੀ, ਲਾਈਫ ਇੱਥੇ ਵੀ ਹੈ। ਅਤੇ ਆਪ ਦੇਖ ਹੀ ਲਿਆ ਇਹ ਲੋਕੇਟਡ ਬੱਚੋ ਕਿੱਥੇ ਹੈ, ਨਰਦਰਨ ਚਿਲੀ ਦੇ ਵਿੱਚ ਹੈ। ਕਿਹਦੇ ਵਿੱਚ ਕਾ ਫਸਿਆ ਹੋਇਆ ਹੈ? ਇੱਕ ਪਾਸੇ ਐਂਡੀਸ ਮਾਊਂਟੇਨ ਹੈ, ਦੂਜੇ ਪਾਸੇ ਪੈਸੀਫਿਕ ਓਸ਼ੀਅਨ, ਡਰਾਈਐਸਟ ਡੈਜ਼ਰਟ ਹੈ, 1000 ਕਿਲੋਮੀਟਰ ਤੱਕ ਲੰਮੀ ਸਟ੍ਰਿਪ ਹੈ। ਹਾਂ ਕੋਈ ਐਨ ਯੂ ਸਾਰਾ ਚਿਲੀ ਦੇ ਵਿੱਚ ਵੀ ਹੈ,
ਮਾੜਾ 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 ਸਾਈਡ ਅੰਤ ਕਿੱਥੇ ਹੈ, ਅਰਜਨਟੀਨਾ, ਪੇਰੂ ਅਤੇ ਬਲੀਵੀਆ। ਤਾਂ ਕਰਕੇ ਉੱਥੇ ਪੇਪਰ ਵਾਲੇ ਨੇ ਆਪਣਾ ਆਪਸ਼ਨ 'ਚ ਪੇਰੂ ਦੇ ਤਾ ਸੀ ਵੀ ਨਰਦਰਨ ਪੇਰੂ ਬੰਦਾ ਉਲਝ ਜੂਗਾ। ਇਹ ਤਾਂ ਮਾਮੂਲੀ ਮਾੜਾ 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 ਮੇਨ ਤਾਂ ਹੈ ਚਿਲੀ ਦੇ ਵਿੱਚ ਆਹ ਤਿੰਨ ਮੁਲਕ ਹੈ ਅਤੇ ਵੋਲਕੈਨੋ ਉਸਦੇ ਲਈ ਵੀ ਬਹੁਤ ਮਸ਼ਹੂਰ ਆ ਬੱਚੋ। ਅਤੇ ਕੁੱਲ ਮਿਲਾ ਕੇ ਇੱਥੇ ਫਿਰ ਨੈਚੁਰਲ ਪਦਾਰਥ ਕਿਹੜਾ ਮਿਲਦਾ, ਉਹ ਵੀ ਬੜਾ ਜ਼ਬਰਦਸਤ ਹੈ, ਭੰਡਾਰ ਪਾਇਆ ਜਾਂਦਾ ਕਹਿੰਦੇ ਇੱਥੇ ਵਾਧੂ ਸੋਡੀਅਮ ਨਾਈਟ੍ਰੇਟ ਦਾ, ਜਿਹੜਾ ਕਿ ਬੱਚੋ ਫਿਰ ਅੱਗੇ ਵਰਤਿਆ ਜਾਂਦਾ ਫਰਟੀਲਾਈਜ਼ਰ ਅਤੇ ਐਕਸਪਲੋਜਿਵ ਬਣਾਉਣ ਦੇ ਲਈ। ਆਹ ਤੁਹਾਨੂੰ ਮੈਂ ਦੱਸ ਹੀ ਦਿੱਤਾ, ਜਿਹੜਾ ਐਵਰੇਜ ਰੇਨਫਾਲ ਹੈ ਇਸ ਇਲਾਕੇ 'ਚ ਜਸਟ ਅਬਾਊਟ 1 mm ਪਰ ਈਅਰ। ਮਤਲਬ ਕਹਿ ਲਓ ਵੀ ਲੋਕੇਸ਼ਨ ਇਹੋ ਜਿਹੀਆਂ ਜਿੱਥੇ ਯਾਰ ਮੀਂਹ ਨਹੀਂ ਹੈਗਾ, ਮੀਂਹ ਨਿਬੜ ਗਿਆ ਯਾਰ। ਅੱਜ ਤੁਹਾਨੂੰ ਦੱਸਦਾ ਇੱਕ ਪਾਸੇ ਐਂਡੀਸ ਮਾਊਂਟਨ ਆ, ਦੂਜੇ ਪਾਸੇ ਵਾਲੀ ਯਾਰ ਗੱਲ ਹੀ ਨਿਬੜ ਗਈ ਹੈ। ਟੈਂਪਰੇਚਰ ਕਹਿੰਦੇ ਬਈ ਇੰਨਾ, ਹੁਣ ਤਾਂ ਇੰਨਾ ਇੰਨਾ ਟੈਂਪਰੇਚਰ ਆਪਾਂ ਵੀ ਫੀਲ ਕਰਨ ਲੱਗ ਗਏ ਵੀ ਵੱਡੀਆਂ ਗੱਲਾਂ ਨਹੀਂ ਹੋਏ, 50-50 55-55 'ਚ ਤਾਂ ਅਸੀਂ ਵੀ ਰਹੀ ਜਾਂਦੇ ਹਾਂ, ਮਰੀ ਜਾਂਦੇ ਹੈ ਅਤੇ ਆਹ ਵੀ ਆਪਾਂ ਦੇਖ ਲਿਆ। ਅਤੇ ਆਹ ਪੁਆਇੰਟ ਹੈ ਦੇਖੋ ਕਿੰਨਾ ਵਧੀਆ ਵੀ ਇੱਥੇ 300 ਦਿਨ ਇਹੋ ਜਿਹੇ ਹੁੰਦੇ ਹੈ ਵੀ ਜਮਾਂ ਕਲੀਅਰ ਸਕਾਈ ਦਿੰਦਾ, ਕੋਈ ਪੋਲਿਊਸ਼ਨ ਨਹੀਂ, ਨਾ ਕੋਈ ਲਾਈਟ ਪੋਲਿਊਸ਼ਨ, ਜਿਹਦੇ ਕਰਕੇ ਇਹ ਡੈਜ਼ਰਟ ਬੱਚੋ ਡੀਪ ਸਪੇਸ ਐਕਸਪਲੋਰੇਸ਼ਨ ਦੇ ਲਈ ਵਰਤਿਆ ਜਾਂਦਾ। ਬਹੁਤ ਵੱਡੇ ਵੱਡੇ ਟੈਲੀਸਕੋਪ ਪਾਏ ਜਾਂਦੇ ਆ ਇੱਥੇ। ਇਹ ਖਬਰਾਂ ਤੁਸੀਂ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ ਵੀ ਜ਼ਰੂਰ ਪੜ੍ਹੋਗੇ। ਯਾਦ ਰੱਖਿਓ ਵੀ ਐਟਾਕਾਮਾ ਡੈਜ਼ਰਟ ਕਿੱਥੇ ਹੈ, ਯਾਦ ਰੱਖਿਓ ਹੋਰਮਜ ਸਟਰੇਟ ਕਿੱਥੇ ਹੈ, ਯਾਦ ਰੱਖਿਓ ਕਿਹੜੇ ਮੁਲਕ ਨੇ ਬੈਨ ਲਾਤਾ ਮੀਡੀਆ 'ਤੇ ਵੀ ਸਾਡੀਆਂ ਪਾਰਟੀਆਂ ਦੀ ਕਵਰੇਜ ਕੀਤੀ ਹੈ, ਹਿਸਾਬ ਲੈ ਲਓ ਮਾਲੀ ਵਾਲੇ ਮਾਲੀ ਵਾਲੇ। ਐਕੁਆਡੋਰ ਦੀ ਪੁਲਿਸ ਨੇ ਰੇਡ ਕਰਤਾ ਮੈਕਸੀਕੋ ਦੀ ਅੰਬੈਸੀ ਦੇ ਵਿੱਚ, ਬਹੁਤ ਚੀਜ਼ਾਂ ਆਪਣੇ ਯਾਦ ਹੋ ਗਈਆਂ। ਪੋਰਟ ਆਫ ਬਾਲਟੀਮੋਰ ਵਿੱਚੋਂ ਅਮਰੀਕਾ ਵਾਲਾ ਪੋਰਟ ਹੈ, ਉੱਥੇ ਮਾਂ ਦੇ ਪੁੱਤਾਂ ਨੇ ਕਿਸ਼ਤੀ ਪਲੇਟ ਠੋਕੀ, ਪੁਲਿਸ ਛੱਡਤਾ ਉਹਨਾਂ ਨੇ, ਕੰਮ ਹੀ ਨਹੀਂ ਵੇੜਤਾ। ਸੋ ਸਾਰੀਆਂ ਖਬਰਾਂ ਯਾਦ ਕਰਦੇ ਜਾਓ। ਸੇਨਕਾਕੂ ਆਈਲੈਂਡ ਇਹੋ ਜਿਹਾ, ਜਪਾਨ ਅਤੇ ਚਾਈਨਾ ਸਿੰਘ ਫਸਾਈ ਬੈਠਾ, ਅਮਰੀਕਾ ਵਿੱਚ ਸਿੰਘ ਹੁਣ ਕੱਢਣ ਆ ਰਿਹਾ ਆਪ ਹੀ ਫਸਾ ਕੇ, ਇਹੋ ਜਿਹੇ ਪੁਆਇੰਟ ਵੀ ਯਾਦ ਰੱਖ ਸਕਦੇ। ਚਲੋ ਬੱਚੋ, ਇਹਦੇ ਨਾਲ ਹੀ ਫਿਰ ਆਪਣੀ ਅੱਜ ਦੀ ਕਲਾਸ ਹੁੰਦੀ ਹੈ ਸਮਾਪਤ। ਇਦੋਂ ਪਹਿਲਾਂ ਮੈਂ ਤੁਹਾਡੇ ਲੇਜ਼ਰ ਮਾਰਾਂ, ਜਿਹੜੀ ਰੋਮਾਨੀਆ ਵਾਲਿਆਂ ਨੇ ਵਰਲਡ ਦੀ ਸਭ ਤੋਂ ਪਾਵਰਫੁੱਲ ਬਣਾਈ ਹੈ, ਪੜ੍ਹ ਲਿਓ ਚੰਗੇ ਰਹੋਗੇ। ਸਮਝ ਗਏ ਮੇਰੀ ਗੱਲ? ਗੁੱਡ ਨਾਈਟ, ਸਵੀਟ ਡ੍ਰੀਮਸ, ਟੇਕ ਕੇਅਰ।